ਇੱਕ ਇੱਕ ਅਨਨੋਨ ਕਾਲ ਆਉਂਦੀ ਹੈ ਕਿਉਂਕਿ ਹੁਣ ਅਸੀਂ ਇੱਕ ਦੂਜੇ ਨਾਲ ਕਨੈਕਟ ਚਾਂ ਸਾਰੇ ਜਣੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਆਂ ਵੀ ਕੱਲ ਦਾ ਤੂੰ ਕਿਹੜੇ ਬਾਰਡਰ ਤੇ ਜਾਣਾ ਮੈਂ ਕਿਹੜੇ ਬਾਰਡਰ ਤੇ ਜਾਣਾ ਸਾਡੇ ਕੀ ਰਝੇਵੇਂ ਨੇ ਕਾਲ ਤੇ ਇਹ ਕਿਹਾ ਜਾਂਦਾ ਵੀ ਘੰਟੇ ਤੱਕ ਛਾਪਾ ਪਊਗਾ ਤੁਸੀਂ ਆਪ ਦਾ ਭਾਈ ਅਵੇਅਰ ਹੋ ਜਾਓ ਇਹ ਦੋ ਤਿੰਨ ਵਾਰੀ ਹੋ ਲਿਆ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਤੇ ਹੁਣ ਆ ਦੋ ਤਿੰਨ ਦਿਨ ਪਹਿਲਾਂ ਅਫਵਾਹ ਉੱਡੀ ਕਿ ਈਡੀ ਆ ਰਹੀ ਹੈ ਤਾਂ ਤੁਸੀਂ ਅਵੇਅਰ ਹੋ ਜਾਓ ਆਪਦੇ ਮਾਧਿਅਮ ਰਾਹੀਂ ਚਾਹੇ ਉਹ ਸੋਸ਼ਲ ਮੀਡੀਆ ਹੈ ਇੰਟਰਨੈਟ ਹੈ ਚਾਹੇ ਕਿਸੇ ਗਰੀਬ ਨੂੰ ਰੋਟੀ ਖੁਲਾ ਕੇ ਜਾਂ ਕਿਸੇ ਨੂੰ ਕੋਈ ਕੱਪੜਾ ਸਿਆਲ ਦੇ ਵਿੱਚ দান ਕਰਕੇ ਉਹਨਾਂ ਵੀਰਾਂ ਨੂੰ ਸ਼ਰਧਾਂਜਲੀ ਦੇਣੀ ਆ ਮੈਂ ਜਿਹੜਾ ਜਿਹਨੂੰ ਗੋਦੀ ਮੀਡੀਆ ਦਾ ਤੁਸੀਂ ਨਾਂ ਦਿੱਤਾ ਗਿਆ ਜਿਹੜਾ ਗੋਦੀ ਉਹਨਾਂ ਦੀ ਗੋਦੀ 'ਚ ਬੈਠਾ ਮੀਡੀਆ ਅਸੀਂ ਸਿਰਫ ਉਸ ਮੀਡੀਆ ਦੀ ਗੱਲ ਕੀਤੀ ਸੀ ਬਾਬਾ ਜੀ ਨੇ ਕੁਰਬਾਨੀ ਦਿੱਤੀ ਹੈ ਇਹ ਵੀ ਛੋਟੀ ਕੁਰਬਾਨੀ ਨਹੀਂ ਹੈ ਬਹੁਤ ਵੱਡੀ ਕੁਰਬਾਨੀ ਹੈ ਵਰਲਡ ਦੇ ਇਤਿਹਾਸ ਦਾ ਇੱਕ ਹਿੱਸਾ ਬਣਨਾ ਇਸ ਕੁਰਬਾਨੀ ਦਾ ਇੱਕ ਬਹੁਤ ਵੱਡੀ ਸ਼ਰਮ ਦੀ ਗੱਲ ਆ ਸਰਕਾਰ ਵਾਸਤੇ ਕਿ ਸਰਕਾਰ ਨੂੰ ਆਪਣੇ ਆਪ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਫਰਲ ਪੰਜਾਬੀ ਟੀਵੀ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕੁਝ ਐਹੋ ਜਿਹੀਆਂ ਅਨਕਹੀਆਂ ਅਨ ਸੁਣੀਆਂ ਗੱਲਾਂ ਜਿਹੜੀਆਂ ਕਿਸਾਨੀ ਸੰਘਰਸ਼ ਚ ਵਾਪਰ ਰਹੀਆਂ ਨੇ ਲੇਕਿਨ ਪਰਦੇ ਤੋਂ ਪਿੱਛੇ ਵਾਪਰ ਰਹੀਆਂ ਨੇ ਔਰ ਦੱਸਾਂਗੇ ਕਿ ਕੀ ਅੱਗੇ ਰਹਿਣ ਵਾਲਾ ਹੈ ਹੁਣ ਗੱਲ ਕਰੀ ਜਾਵੇ ਚਾਹੇ ਕਿਸਾਨੀ ਆਗੂ ਹੋਣ ਚਾਹੇ ਕਿਸਾਨੀ ਗਾਇਕ ਇਸ ਵੇਲੇ ਗਾਇਕ ਗਾਇਕ ਨਹੀਂ ਕਿਸਾਨ ਬਣ ਕੇ ਕਿਸਾਨ ਦਾ ਪੁੱਤ ਬਣ ਕੇ ਪੰਜਾਬ ਹਰਿਆਣਾ ਤੋਂ ਹੁਣ ਜਿੱਥੋਂ ਵੀ ਹੋਣ ਨਾਲ ਖੜੇ ਨੇ ਕਿਸਾਨਾਂ ਦੇ ਔਰ ਇਹ ਸਿਰਫ ਆਪਣੇ ਲਈ ਨਹੀਂ ਸਿਰਫ ਕਿਸਾਨਾਂ ਦੀ ਆਪਣੀ ਲੜਾਈ ਨਹੀਂ ਹੈ ਸਾਡੀ ਸਭ ਦੀ ਸਾਂਝੀ ਲੜਾਈ ਹੈ ਤੇ ਇਸ ਵੇਲੇ ਸਾਡੇ ਨਾਲ ਕਿਸਾਨੀ ਆਗੂ ਜਗਜੀਤ ਡੱਲੇਵਾਲ ਜੀ ਤੇ ਨਾਲ ਹੀ ਜਸ ਬਾਜਵਾ ਜੀ ਜਿਨ੍ਹਾਂ ਦਾ ਕਿ ਨਾਮ ਦਾ ਜਿਹੜਾ ਹੈਗਾ ਤੁਹਾਨੂੰ ਕੀ ਦੱਸਣਾ ਹੈਗਾ ਦੇਖਦੇ ਹੀ ਪਛਾਣ ਲੈਣੇ ਹੋ ਫੈਨ ਹੈਗੇ ਹੋ ਸਾਰਿਆਂ ਦੇ ਲੇਕਿਨ ਇਸ ਵੇਲੇ ਇਹ ਆਪਣੇ ਕੋਈ ਸੈਲੀਬ੍ਰਿਟੀ ਨਹੀਂ ਕਿਸਾਨ ਬਣ ਕੇ ਜਿਹੜਾ ਹੈਗਾ ਡਟੇ ਹੋਏ ਨੇ ਚਾਹੇ ਇਹ ਹੋਣ ਹਰਸ਼ ਚੀਮਾ ਹੋਣ ਕਨਵਰ ਗਰੇਵਾਲ ਜੀ ਹੋਣ ਤੇ ਗੱਲ ਕਰਦੇ ਹਾਂ ਹੁਣ ਪਹਿਲਾਂ ਸ਼ੁਰੂਆਤ ਕਰਾਂਗੇ ਜਸਪਾ ਜਵਾ ਜੀ ਤੋਂ ਜਸਪਾ ਜਵਾ ਜੀ ਪਹਿਲਾਂ ਤਾਂ ਇੱਕ ਜਿਹੜਾ ਹੈਗਾ ਸ਼ਰਧਾਂਜਲੀयां ਦੇਣੀਆਂ ਹੈਗੀਆਂ ਨੇ ਉਸ ਦਾ ਇੱਕ ਮੈਸੇਜ ਚਾਹਾਂਗੇ ਦੇ ਦਿਓ ਸਾਰਿਆਂ ਨੂੰ ਸਾਡੇ ਕਰਕੇ ਜਾਨਾ ਦੇ ਰਹੇ ਆ ਸਾਡੇ ਰੋਟੀ ਖਾਂਦੇ ਰਹੀਏ ਕਿਉਂਕਿ ਹਜੇ ਕਿਸ ਨੂੰ ਸਮਝ ਨਹੀਂ ਆ ਰਿਹਾ ਕਿ ਹਰ ਇੱਕ ਦੀ ਲੜਾਈ ਹੈ ਲੇਕਿਨ ਹੈ ਹਰ ਇੱਕ ਦੀ ਜੀ ਬਿਲਕੁਲ ਜਿੱਦਾਂ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਤੈਅ ਕੀਤਾ ਸਰਦਾਰ ਜਗਜੀਤ ਸਿੰਘ ਜੀ ਡੱਲੇ ਵਾਲਾ ਸਾਹਿਬ ਪ੍ਰਧਾਨ ਸਾਹਿਬ ਜਿੰਨੇ ਵੀ ਪੰਜਾਬ ਤੋਂ ਲੈ ਕੇ ਜਿੱਦਾਂ ਅਸੀਂ ਸਾਡਾ 4 ਮਹੀਨਿਆਂ ਤੋਂ ਸੰਘਰਸ਼ ਜਿਹੜਾ ਸ਼ੁਰੂ ਹੋਇਆ ਜਿੰਨੀਆਂ ਜਾਨਾਂ ਪੰਜਾਬ ਚ ਗਈਆਂ ਨੇ ਦਿੱਲੀ ਮੋਰਚਾ ਜਿਸ ਦਿਨ ਦਾ ਲੱਗਿਆ ਜਿੰਨੀਆਂ ਜਾਨਾਂ ਇੱਥੇ ਗਈਆਂ ਨੇ ਚਾਹੇ ਉਹ ਸਾਡੇ ਬਜ਼ੁਰਗ ਨੇ ਚਾਹੇ ਸਾਡੇ ਭਰਾ ਨੇ ਚਾਹੇ ਸਾਡੇ ਹਮ ਉਮਰ ਨੇ ਜਿੰਨੇ ਵੀ ਵੀਰ ਇਸ ਅੰਦੋਲਨ ਚ ਸ਼ਹੀਦੀ ਪਾ ਕੇ ਗਏ ਆ ਕੱਲ ਦਾ ਦਿਨ 11 ਵਜੇ ਤੋਂ ਲੈ ਕੇ 1 ਵਜੇ ਤੱਕ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਵਾਂਗੇ ਮੈਂ ਬਾਕੀ ਵੀ ਸਾਰੇ ਜਿੰਨੇ ਭਰਾ ਦੁਨੀਆ ਭਰ ਚ ਇਸ ਅੰਦੋਲਨ ਤੇ ਕਿਉਂਕਿ ਹਰ ਇੱਕ ਚੁੱਲ੍ਹੇ ਤੇ ਇਸ ਅੰਦੋਲਨ ਦੀ ਗੱਲ ਚੱਲਣੀ ਸੁਭਾਅਕ ਹੈ ਦੁਨੀਆ ਦੀ ਨਿਗਾਹ ਇਸ ਅੰਦੋਲਨ ਤੇ ਟਿਕੀ ਹੋਈ ਹੈ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਤੁਸੀਂ ਇਧਰ ਪ੍ਰਧਾਨ ਸਾਹਿਬ ਵੱਲ ਵੀ ਜ਼ਰੂਰ ਕੈਮਰਾ ਕਰੋ ਕਿ ਤੁਸੀਂ ਆਪਦੇ ਮਾਧਿਅਮ ਰਾਹੀਂ ਚਾਹੇ ਉਹ ਸੋਸ਼ਲ ਮੀਡੀਆ ਹੈ ਇੰਟਰਨੈਟ ਹੈ ਚਾਹੇ ਕਿਸੇ ਗਰੀਬ ਨੂੰ ਰੋਟੀ ਖੁਲਾ ਕੇ ਜਾਂ ਕਿਸੇ ਨੂੰ ਕੋਈ ਕੱਪੜਾ ਸਿਆਲ ਦੇ ਵਿੱਚ দান ਕਰਕੇ ਉਹਨਾਂ ਵੀਰਾਂ ਨੂੰ ਸ਼ਰਧਾਂਜਲੀ ਦੇਣੀ ਆ ਜਾਂ ਤੁਸੀਂ ਆਪਣੇ ਘਰੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਉਹਨਾਂ ਸ਼ਹੀਦਾਂ ਦੇ ਨਾਂ ਤੇ ਕਰੋ ਕਿਉਂਕਿ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿਸਾਨੀ ਘੋੜ ਨੂੰ ਲੈ ਕੇ ਜਦੋਂ 20 ਸਾਲਾਂ ਬਾਅਦ ਜ਼ਿਕਰ ਹੋਊਗਾ ਤਾਂ ਇਹਨਾਂ ਯੋਧਿਆਂ ਦਾ ਇਹਨਾਂ ਸ਼ਹੀਦਾਂ ਦਾ ਜ਼ਿਕਰ ਜ਼ਰੂਰ ਹੋਊਗਾ ਸੋ ਸਾਡੇ ਵੱਲੋਂ ਇਹ ਸਾਰੇ ਭਰਾਵਾਂ ਨੂੰ ਦੇਸ਼ ਦੁਨੀਆ 'ਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਇਹਨਾਂ ਸ਼ਹੀਦਾਂ ਨੂੰ ਤੁਸੀਂ ਸਾਰੇ ਜਣੇ ਜ਼ਰੂਰ ਸ਼ਰਧਾਂਜਲੀ ਸ਼ਰਧਾਂਜਲੀ ਦਿਓ ਜੀ ਜਿੱਦੜੇ ਅਸਾਂ ਨਾਲ ਗੱਲ ਕਰਾਂਗੇ ਸਰ ਸਾਬ ਇਹ ਉਹ ਮਹੀਨਾ ਹੈਗਾ ਪੋ ਦਾ ਮਹੀਨਾ ਜਦ ਸਭ ਜੱਦਿਆਂ ਨੇ ਕੁਰਬਾਨੀ ਕੀਤੀ ਸੀ ਮਾਤਾ ਗੁਜੇਰਕੌਰ ਜੀ ਨੇ ਕਰਵਾਨੀ ਕੀਤੀ ਸੀ ਤੇ ਇੱਥੇ ਕਿਸਾਨ ਜਿਹੜਾ ਹੈ ਉਹਨਾਂ ਦੀ ਰਾਹ ਤੇ ਹੀ ਚੱਲਦੇ ਹੋਏ ਉਹਨਾਂ ਦੇ ਪੁੱਤ ਹੈਗੇ ਆਂ ਹੀ ਤੇ ਕੁਰਬਾਨੀਆਂ ਹੋ ਰਹੀਆਂ ਨੇ 16 16 17 17 ਸਾਲ ਦੇ ਗ੍ਰੇਟਰ ਘਟਨਾ 'ਚ ਮਰ ਰਿਹਾ ਹੈ ਸੰਤ ਰਾਮ ਸਿੰਘ ਜੀ ਨੇ ਜਿਹੜਾ ਆਪਣੀ ਕੁਰਬਾਨੀ ਦਿੱਤੀ ਉਹ ਸੇਕ ਕਾਹਦੇ ਪੱਜਣਗੇ ਕੇਂਦਰ ਸਰਕਾਰ ਤਾਂ ਕੋਲ ਇੱਕ ਵਾਰ ਤੁਸੀਂ ਵੀ ਮੈਸੇਜ ਦੇ ਦਿਓ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਹੈ ਸਾਡੇ ਸਤਿਗੁਰਾਂ ਨੇ ਪੂਰੇ ਦਾ ਪੂਰਾ ਪਰਿਵਾਰ ਐਸ ਥੋੜੇ ਜਿਹੇ ਦਿਨਾਂ ਦੇ ਵਿੱਚ ਕੌਮ ਤੋਂ ਵਾਰਿਆ ਹੈ ਅੱਜ ਅਸੀਂ ਉਹਨਾਂ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੇ ਲੇਕਿਨ ਉਹਦੇ ਉਹਨਾਂ ਦੇ ਪਦ ਚਿੰਨਾ ਤੇ ਉਹਨਾਂ ਦੇ ਦਰਸਾਏ ਰਸਤਿਆਂ ਤੇ ਚੱਲਦੇ ਆਂ ਜੋ ਸ਼ਹਾਦਤਾਂ ਹੋ ਰਹੀਆਂ ਨੇ ਐਸੀ ਕੋਈ ਚਿੰਤਾਤ ਨਹੀਂ ਆ ਉਸ ਗੱਲ ਤੋਂ ਕਿ ਬਹੁਤ ਸ਼ਹਾਦਤ ਸ਼ਹਾਦਤ ਸਾਨੂੰ ਪਤਾ ਹੈ ਸਰਕਾਰ ਦਾ ਕਿ ਜਦੋਂ ਜ਼ਾਲਮ ਸਰਕਾਰਾਂ ਨਾਲ ਟੱਕਰ ਲਈਦੀ ਹੈ ਨਾ ਉਦੋਂ ਸ਼ਹਾਦਤਾਂ ਦੇਣੀਆਂ ਪੈਂਦੀਆਂ ਹਨ ਪਰ ਸਾਨੂੰ ਇੱਕ ਬਹੁਤ ਵੱਡਾ ਦੁੱਖ ਉਸ ਗੱਲ ਤੇ ਹੋਇਆ ਕਿ ਜਿੱਥੇ ਸਾਡੇ ਇੰਨੇ ਕਿਸਾਨ ਸ਼ਹੀਦ ਹੋਏ ਨੇ ਨਾ ਅਸੀਂ ਤਾਂ ਸਾਰੇ ਕਿਸਾਨ ਹਾਂ ਇਸ ਗੱਲ ਲਈ ਲੜ ਰਹੇ ਹਾਂ ਕਿ ਅਸੀਂ ਆਪਣੀ ਆਪਣੇ ਬੱਚਿਆਂ ਦੀ ਖਾਤਰ ਆਪਣੀ ਜ਼ਮੀਨ ਦੀ ਲੜਾਈ ਹੈ ਸਾਡੀ ਲੇਕਿਨ ਜਿਹੜੇ ਪਰਸੋਂ ਮਹਾਪੁਰਸ਼ਾਂ ਨੇ ਸ਼ਹਾਦਤ ਦਿੱਤੀ ਹੈ ਉਨ੍ਹਾਂ ਦਾ ਕੋਈ ਪਰਿਵਾਰ ਨਹੀਂ ਉਹਨਾਂ ਦਾ ਕੋਈ ਬੱਚੇ ਨਹੀਂ ਉਹਨਾਂ ਨੇ ਲੋਕਾਂ ਦੀ ਖਾਤਰ ਸ਼ਹਾਦਤ ਦਿੱਤੀ ਉਹਨਾਂ ਦੀ ਸ਼ਹਾਦਤ ਬਹੁਤ ਵੱਡਾ ਮੁੱਲ ਹੈ ਸਰਕਾਰ ਨੂੰ ਇੱਕ ਬਹੁਤ ਵੱਡੀ ਸ਼ਰਮ ਦੀ ਗੱਲ ਆ ਸਰਕਾਰ ਵਾਸਤੇ ਕਿ ਸਰਕਾਰ ਨੂੰ ਆਪਣੇ ਆਪ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਕਿ ਐਡੇ-ਐਡੀਆਂ ਮਹਾਨ ਹਸਤੀਆਂ ਸਾਧੂ ਮਹਾਪੁਰਸ਼ ਕੁਰਬਾਨੀਆਂ ਦੇਣ ਲੱਗ ਜਾਣ ਪਰ ਹੋਰ ਦੋ ਦਿਨਾਂ ਨੂੰ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਿਨ ਵੀ ਆਇਆ ਔਰ ਇਧਰਲੇ ਪਾਸੇ ਆਣ ਉਹਨਾਂ ਦਿਨਾਂ ਦੇ ਵਿੱਚ ਆ ਕੇ ਇੱਕ ਮਹਾਪੁਰਸ਼ ਨੇ ਹੋਰ ਆ ਕੇ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ ਭਾਵੇਂ ਸਤਗੁਰਾਂ ਦੇ ਨਾਲ ਮੁਕਾਬਲਾ ਕਰਨਾ ਤਾਂ ਕਿਸੇ ਦਾ ਵੀ ਬਹੁਤ ਔਖਾ ਹੈ ਪਰ ਉਹਨਾਂ ਦੇ ਦਰਸਾਏ ਹੋਏ ਰਾਹ ਤੇ ਚੱਲਦਿਆਂ ਬਾਬਾ ਜੀ ਨੇ ਕੁਰਬਾਨੀ ਦਿੱਤੀ ਹੈ ਇਹ ਕੋਈ ਛੋਟੀ ਕੁਰਬਾਨੀ ਨਹੀਂ ਹੈ ਬਹੁਤ ਵੱਡੀ ਕੁਰਬਾਨੀ ਹੈ ਵਰਲਡ ਦੇ ਇਤਿਹਾਸ ਦਾ ਇੱਕ ਹਿੱਸਾ ਬਣਨਾ ਇਸ ਕੁਰਬਾਨੀ ਨੇ ਸੋ ਮੈਂ ਇਸ ਗੱਲ ਨੂੰ ਲੈ ਕੇ ਕਹੂੰਗਾ ਕਿ ਅੱਜ ਇਹ ਅੰਦੋਲਨ ਹੈ ਜਿਹੜਾ ਵਰਲਡ ਲੈਵਲ ਦਾ ਅੰਦੋਲਨ ਹੈ ਇੱਕ ਇਤਿਹਾਸਕ ਅੰਦੋਲਨ ਹੈ ਇਹਦੇ ਵਿੱਚ ਸਾਡਾ ਸਾਰਿਆਂ ਦਾ ਪਾਰਟਿਸਪੇਸ਼ਨ ਸਾਡਾ ਸਾਰਿਆਂ ਦਾ ਹਿੱਸੇਦਾਰੀ ਹੋਣੀ ਜ਼ਰੂਰੀ ਹੈ ਔਰ ਇਸ ਹਿੱਸੇਦਾਰੀ ਦੇ ਵਿੱਚ ਕਿਵੇਂ ਹਿੱਸੇਦਾਰੀ ਪਾਈਏ ਅਸੀਂ ਜਿਵੇਂ ਜਸ ਬਾਜਵਾ ਜੀ ਨੇ ਕਹੀ ਹੈ ਗੱਲ ਕਿ ਅਸੀਂ ਆਪਣੇ ਘਰਾਂ 'ਚ ਬੈਠੇ ਆਪਣੇ ਪਿੰਡਾਂ 'ਚ ਬੈਠੇ ਜਿੱਥੇ-ਜਿੱਥੇ ਵੀ ਬੈਠੇ ਆ ਇਨ੍ਹਾਂ ਯੋਧਿਆਂ ਨੂੰ ਯਾਦ ਕਰੀਏ ਇਨ੍ਹਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਸ਼ਰਧਾਂਜਲੀ ਭੇਟ ਕਰੀਏ ਤਾਂ ਕਿ ਉਹਨਾਂ ਦੀ ਆਤਮਾ ਉਹਨਾਂ ਦੀ ਰੂਹ ਨੂੰ ਵੀ ਸਕੂਨ ਮਿਲੇ ਕਿ ਜੇ ਅਸੀਂ ਲੋਕਾਂ ਦੀ ਖਾਤਰ ਸ਼ਹਾਦਤ ਦਿੱਤੀ ਹੈ ਤੇ ਅੱਜ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਲੋਕ ਸਾਡੀ ਸ਼ਹਾਦਤ ਨੂੰ ਪ੍ਰਵਾਨ ਕਰ ਰਹੇ ਨੇ ਔਰ ਸਾਡਾ ਸਨਮਾਨ ਕਰ ਰਹੇ ਨੇ ਸਾਨੂੰ ਯਾਦ ਕਰ ਰਹੇ ਨੇ ਸੋ ਇਸ ਲਈ ਜਿਵੇਂ ਦੱਸਿਆ ਗਿਆ ਕਿ ਤੁਸੀਂ ਹਰ ਤਰੀਕੇ ਦੇ ਨਾਲ ਇਸ ਨੂੰ ਕਰ ਸਕਦੇ ਹੋ ਤੁਸੀਂ ਜਪਜੀ ਸਾਹਿਬ ਦੇ ਪਾਠ ਵੀ ਕਰ ਸਕਦੇ ਹੋ ਸੁਖਮਨੀ ਸਾਹਿਬ ਦੇ ਪਾਠ ਕਰ ਸਕਦੇ ਹੋ ਤੁਸੀਂ ਆਪਣੇ ਘਰਾਂ ਦੇ ਵਿੱਚ ਮਿਸਾਲ ਜਗਾ ਕੇ ਵੀ ਮਤਲੇ ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਦੇ ਹੋ ਲekin ਇਹ ਜ਼ਰੂਰ ਆ ਗੱਲ ਸਾਡੀ ਬੇਨਤੀ ਹੈ ਕਿ ਕੋਈ ਵੀ ਘਰ ਐਸਾ ਸੁੰਨਾ ਨਾ ਰਹੇ ਜਿੱਥੋਂ ਇਨ੍ਹਾਂ ਯੋਧਿਆਂ ਨੂੰ ਸ਼ਰਧਾਂਜਲੀ ਅਰਪਿਤ ਨਾ ਕੀਤੀ ਜਾਵੇ ਹਰ ਘਰ ਦੇ ਵਿੱਚੋਂ ਇਹ ਸ਼ਰਧਾਂਜਲੀ ਪ੍ਰਾਪਤ ਇਨ੍ਹਾਂ ਨੂੰ ਮੇ ਹੋਣੀ ਚਾਹੀਦੀ ਹੈ ਸਾਡੇ ਯੋਧਿਆਂ ਨੂੰ ਜਿਨ੍ਹਾਂ ਨੇ ਸਾਡੇ ਲਈ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ ਔਰ ਸਰਕਾਰ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਸਰਕਾਰ ਦੇ ਹੱਥਾਂ ਤੋਂ ਤੈਰਾਂ ਦੀ ਪੈ ਚੁੱਕੀ ਹੈ ਸ਼ਰਦ ਰੁੱਤ ਦਾ ਇਜਲਾਸ ਸਰਕਾਰ ਨੇ ਰੱਦ ਕੀਤਾ ਕਿਉਂ ਕੀਤਾ ਇਸ ਅੰਦੋਲਨ ਦੇ ਸਾਹਮਣੇ ਭਾਵੇਂ ਸਰਕਾਰ ਅੱਖਾਂ ਦਿਖਾ ਰਹੀ ਹੈ ਭਾਵੇਂ ਸਰਕਾਰ ਆਪ ਦੇ ਦਬਕੇ ਮਾਰ ਰਹੀ ਹੈ ਦਮਗਜੇ ਮਾਰ ਰਹੀ ਹੈ ਕਿ ਅਸੀਂ ਪ੍ਰਵਾਹ ਨਹੀਂ ਕਰਦੇ ਸੀ ਉਹ ਨਹੀਂ ਕਰਦੇ ਤਰ੍ਹਾਂ ਤਰ੍ਹਾਂ ਦੇ ਹਤਕੰਡੇ ਵਰਤ ਰਹੀ ਹੈ ਪਰ ਇਹ ਕਲੀਅਰ ਹੈ ਕਿ ਸਰਕਾਰ ਅੰਦਰੋਂ ਡਰੀ ਹੋਈ ਹੈ ਅੰਦਰੋਂ ਕੰਬੀ ਹੋਈ ਹੈ ਇਹ ਇੱਕ ਬਹੁਤ ਵੱਡਾ ਸਬੂਤ ਹੈ ਜੋ ਅੱਜ ਇਹਨਾਂ ਨੇ ਸਰਦ ਰੁੱਤ ਦਾ ਇਜਲਾਸ ਰੱਦ ਕੀਤਾ ਔਰ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਇੱਜ਼ਤ ਦੇਸ਼ ਦੀ ਇੱਜ਼ਤ ਦੇਸ਼ ਦੇ ਲੋਕਾਂ ਦੀ ਇੱਜ਼ਤ ਅਵਸ਼્ય ਹੋਏਗੀ ਇਹਦੇ ਤੇ ਸਰਕਾਰ ਨੂੰ ਆਪਣੇ ਬੈਕਫੁੱਟ ਤੇ ਜਾਣਾ ਪਏਗਾ ਤੇ ਇਹ ਤਾਂ ਰਹੀਆਂ ਗੱਲਾਂ ਹੁਣ ਜਸ ਬਾਜੋ ਜੀ ਤੋਂ ਇੱਕ ਪੁੱਛਾਂਗੇ ਕਿਉਂਕਿ ਅਸੀਂ ਪਹਿਲਾਂ ਦਰਸ਼ਕਾਂ ਨੂੰ ਕਹਿਣਾ ਚਾਹਾਂਗੇ ਜਦ ਲੜਾਈਆਂ ਡੱਲੇਵਾਲ ਸਾਹਿਬ ਨੇ ਜਿਵੇਂ ਕਿਹਾ ਲੜੀਆਂ ਜਾਂਦੀਆਂ ਨੇ ਤੇ ਸੰਘਰਸ਼ ਕਰਨਾ ਹੀ ਪੈਂਦਾ ਹੈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਲੇਕਿਨ ਇਹ ਕੁਰਬਾਨੀਆਂ ਕਈਆਂ ਨੇ ਸ਼ਹੀਦ ਹੋ ਕੇ ਦਿੱਤੀਆਂ ਲੇਕਿਨ ਜਦੋਂ ਜਦੋਂ ਕੋਈ ਵੀ ਸਟੇਟ ਦੇ ਖਿਲਾਫ ਕੁਝ ਕਰਦਾ ਹੈ ਤੇ ਉਸ ਨੂੰ ਕਈ ਕੁਝ ਸਹਿਣਾ ਪੈਂਦਾ ਹੈ ਤੇ ਸੁਣਨ ਚ ਕੁਝ ਗੱਲਾਂ ਆ ਰਹੀਆਂ ਨੇ ਜਿਹੜੀਆਂ ਅਣਕਹੀਆਂ ਸੁਲਝੀਆਂ ਗੱਲਾਂ ਦੀ ਮੈਂ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਉਹ ਗੱਲ ਕਰਦੇ ਆਂ ਜਸਪਾਲ ਜੀ ਗੱਲ ਕਰੀਏ ਸਾਨੂੰ ਤੁਸੀਂ ਤਾਂ ਨਹੀਂ ਦੱਸਿਆ ਲੇਕਿਨ ਸੁਣਨ ਚ ਆ ਰਿਹਾ ਹੈ ਕਿ ਜਿੰਨੇ ਸਿੰਗਰ ਤੁਸੀਂ ਕਿਸਾਨਾਂ ਦੇ ਪੁੱਤ ਬਣ ਕੇ ਇੱਥੇ ਡਟੇ ਹੋਏ ਹੋ ਤੁਸੀਂ ਹੈਗੇ ਹੋ ਕਨਵਰ ਅਗਰਵਾਲ ਜੀ ਹੈਗੇ ਨੇ ਹਰਫ ਚੀਮਾ ਹੋਰ ਵੀ ਸਾਰੇ ਆ ਰਹੇ ਨੇ ਪੰਜਾਬ ਤੋਂ ਤੇ ਇਹਨਾਂ ਦੇ ਤੁਹਾਡੇ ਸਾਰਿਆਂ ਦੇ ਘਰ ਦੇ ਆਲੇ ਦੁਆਲੇ ਈਡੀ ਵਾਲੇ ਘੁੰਮਰੇ ਨੇ ਛਾਪਿਆਂ ਦੀਆਂ ਗੱਲਾਂ ਚੱਲ ਰਹੀਆਂ ਨੇ ਇਸ 'ਚ ਕਿੰਨੀ ਕਿ ਸੱਚਾਈ ਹੈ ਜੀ ਬਿਲਕੁਲ ਜਦੋਂ ਦਾ ਇਹ ਕਿਸਾਨੀ ਕੋਲ ਸ਼ੁਰੂ ਹੋਇਆ 25 ਤਰੀਕ ਨੂੰ ਜਦੋਂ ਪੰਜਾਬ ਬੰਦ ਦੀ ਇੱਕ ਅਪੀਲ ਆਈ ਉਦੋਂ ਪੂਰੇ ਪੰਜਾਬ ਨੇ ਦਿਖਾਤਾ ਕਿ ਅਸੀਂ ਆਪਦੀਆਂ ਜ਼ਮੀਨਾਂ ਨੇ ਜਿਹੜੀਆਂ ਐਦਾਂ ਹੀ ਕਿਸੇ ਦੇ ਹਵਾਲੇ ਨਹੀਂ ਕਰਾਂਗੇ ਉਹਨੂੰ ਬੜਾ ਭਰਮਾ ਹੰਗਾਰਾ ਮਿਲਿਆ ਉੱਥੇ ਸਾਡਾ ਵੀ ਸਾਰਾ ਇੰਡਸਟਰੀ ਭਾਈਚਾਰਾ ਪਹੁੰਚਿਆ ਕੋਈ ਆਰਟਿਸਟ ਬਣ ਕੇ ਨਹੀਂ ਗਿਆ ਅੱਜ ਤੱਕ ਇਹਨਾਂ ਸੰਘਰਸ਼ਾਂ 'ਚ ਜਾਂ ਇਹਨਾਂ ਅੰਦੋਲਨਾਂ 'ਚ ਅਸੀਂ ਕਦੇ ਵੀ ਕਲਾਕਾਰ ਬਣ ਕੇ ਨਹੀਂ ਆਏ ਕਿਉਂਕਿ ਅਸੀਂ ਆਮ ਘਰਾਂ ਚੋਂ ਉੱਠ ਕੇ ਕਿਸਾਨੀ ਹੀ ਸੀ ਜਿਨ੍ਹਾਂ ਨੇ ਸਾਨੂੰ ਕਲਾਕਾਰ ਬਣਾਇਆ ਤੇ ਕਿਸਾਨਾਂ ਦੇ ਪੁੱਤ ਬਣ ਕੇ ਆਉਣੇ ਆ ਜਦੋਂ ਤੋਂ ਉਹ ਇਸ ਸੰਘਰਸ਼ ਦਾ ਇਸ ਅੰਦੋਲਨ ਦਾ ਹਿੱਸਾ ਬਣੇ ਆ ਸਰਕਾਰਾਂ ਪ੍ਰੋਪਰ ਹੱਥ ਕੰਡੇ ਆਪਣਾ ਰਹੀਆਂ ਨੇ ਕਦੇ ਕਿਸੇ ਤਰੀਕੇ ਨਾਲ ਕਦੇ ਕਿਸੇ ਤਰੀਕੇ ਨਾਲ ਸਾਨੂੰ ਈਡੀ ਦਾ ਡਰਾਬਾ ਦਿੱਤਾ ਜਾਂਦਾ ਕਿ ਇਹਨਾਂ ਕੋਲ ਜਿਹੜਾ ਪੈਸਾ ਆਉਂਦਾ ਹੈ ਬਾਹਰਲੇ ਮੁਲਕਾਂ ਨੂੰ ਸ਼ੋਅ ਕਰਦੇ ਨੇ ਬਲਕਿ ਅੱਜ ਦੀ ਡੇਟ 'ਚ ਹਰ ਇੱਕ ਬੰਦਾ ਟੈਕਨੀਕਲ ਯੋਗ ਹੈ ਹਰ ਇੱਕ ਸਾਈਟਾਂ ਤੇ ਸਾਡਾ ਸਾਰਾ ਬਾਇਓ ਡਾਟਾ ਸੋਸ਼ਲ ਸਾਈਟਾਂ ਤੇ ਪਿਆ ਹੋਇਆ ਹੈ ਤਾਂ ਅਸੀਂ ਆਪ ਦਾ ਇੱਕ ਟੈਕਸ ਪੇ ਕਰਦੇ ਹਾਂ ਜਿੰਨਾ ਵੀ ਕਮਾਈ ਦਾ ਹਿੱਸਾ ਹੁੰਦਾ ਸਾਰਾ ਕੁਝ ਪਾਰਸ਼ਲਟੀ ਨਾਲ ਕਰੀਦਾ ਕੋਈ ਇਦਾਂ ਦੀ ਗੱਲ ਨਹੀਂ ਪਰ ਫਿਰ ਵੀ ਇੱਕ ਹਰਾਸਮੈਂਟ ਕਰਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਉਹ ਇੱਕ ਈਡੀ ਵੀ ਨਹੀਂ ਉਹ ਤਾਂ ਇੱਕ ਡਰਾਬਾ ਹੁੰਦਾ ਇੱਕ ਕਾਲ ਆਉਂਦੀ ਹੈ ਰਾਤੋਂ ਰਾਤ ਕਿ ਘੰਟੇ ਤੱਕ ਤੁਹਾਡੇ ਭਾਈ ਛਾਪਾ ਵੱਜਣ ਵਾਲਾ ਤੁਸੀਂ ਆਪ ਦਾ ਅਵੇਅਰ ਹੋ ਜਾਓ ਕਿਉਂਕਿ ਘਰ ਚ ਦੇਖੋ ਜਦੋਂ ਇੱਕ ਪਰਿਵਾਰ ਰਹਿੰਦਾ ਹੈ ਉੱਥੇ ਮਾਂ ਵੀ ਰਹਿੰਦੀ ਉੱਥੇ ਪਿਓ ਵੀ ਰਹਿੰਦਾ ਹੈ ਉਹਨਾਂ ਨੂੰ ਸਾਡੇ ਨਾਲ ਨਾਲ ਇੱਕ ਉਹਨਾਂ ਨੂੰ ਵੀ ਇੱਕ ਇੱਕ ਚਿੰਤਾ ਜੀ ਹੋ ਜਾਂਦੀ ਹੈ ਕਿਉਂਕਿ ਉਹ ਵਿਚਾਰੇ ਸੁਧਾਰਨ ਪਿੰਡਾਂ ਚੋਂ ਉੱਠ ਕੇ ਆਏ ਨੇ ਉਹਨਾਂ ਨੂੰ ਨਹੀਂ ਪਤਾ ਵੀ ਈਡੀ ਕੀ ਹੈ ਉਹਨਾਂ ਦੇ ਦਿਲ ਚ ਇੱਕ ਡਰ ਹੋ ਜਾਂਦਾ ਵੀ ਕਿਤੇ ਕੁਝ ਹੋਰ ਹੀ ਨਾ ਹੋ ਜਵੇ ਇੱਕ ਨਾ ਇੱਕ ਕਿਉਂਕਿ ਭੋਲਾਪਣ ਹੈ ਸਾਡੇ ਲੋਕਾਂ ਚ ਪਰ ਚਲੋ ਸਾਨੂੰ ਇਹਨਾਂ ਚੀਜ਼ਾਂ ਨਾਲ ਫਰਕ ਕੋਈ ਨਹੀਂ ਪੈਂਦਾ ਅਸੀਂ ਡਟੇ ਹੋਏ ਆਂ ਤੇ ਜਦੋਂ ਤੱਕ ਸਾਡਾ ਪ੍ਰੋਪਰ ਤੌਰ ਤੇ ਸਮਰਥਨ ਹੈ ਜਥੇਬੰਦੀਆਂ ਨੂੰ ਜਿਵੇਂ ਵੀ ਸਾਨੂੰ ਹੁਕਮ ਲਾਉਂਦੀਆਂ ਸਰਕਾਰਾਂ ਹੁਣ ਇਸ ਲੈਵਲ ਤੱਕ ਗਿਰਨ ਤੇ ਆ ਗਈਆਂ ਨੇ ਹਾਂ ਇਹ ਕਹਿ ਸਕਦੇ ਆ ਸੈਂਟਰ ਦੀ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ 10 ਆਰਟਿਸਟਾਂ ਨੇ ਇਕੱਠੇ ਹੋ ਕੇ ਇੱਕ ਐਸਾ ਗੀਤ ਬਣਾਇਆ ਜਿਹਦੀ ਕੋਈ ਕੀਮਤ ਨਹੀਂ ਇਹ ਕਮਰਸ਼ੀਅਲ ਲੈਵਲ ਤੇ ਦੇਖੀਏ ਜਿਹਦਾ ਨਾਂ ਅਸੀਂ ਕਿਸਾਨ ਐਂਥਮ ਰੱਖਿਆ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਉਹ ਗਾਣਾ ਮਤਲਬ ਵਰਲਡ ਵਾਈਡ ਰਿਕਾਰਡ ਪੈਦਾ ਕਰਨ ਤੱਕ ਗਿਆ ਨੈਸ਼ਨਲ ਮੀਡੀਆ ਨੇ ਸਾਨੂੰ ਖੁਦ ਫੋਨ ਕੀਤਾ ਕਿ ਅਸੀਂ ਇਹ ਗੀਤ ਤੁਹਾਡਾ ਆਪਣੇ ਚੈਨਲਾਂ ਤੇ ਚਲਾਉਣਾ ਉਹਨਾਂ ਨੇ ਚਲਾਇਆ ਸਰਟਨਲੀ ਇੱਕ ਦਿਨ ਅਸੀਂ ਉੱਠਦਿਆਂ ਸਵੇਰੇ ਤੇ ਉਹ ਸਾਡਾ ਗਾਣਾ ਹੀ YouTube ਤੋਂ ਡਿਲੀਟ ਕਰ ਦਿੰਦੇ ਆ ਉਹ ਚਾਲਾਂ ਸਰਕਾਰ ਉੱਥੇ ਤੱਕ ਚੱਲਣ ਤੱਕ ਆ ਗਈ ਕਿ ਹਰ ਇੱਕ ਪੱਖੋਂ ਸਾਡੇ ਪ੍ਰੋਫੈਸ਼ਨਲਲੇ ਪੱਖੋਂ ਵੀ ਸਾਨੂੰ ਦੱਬਦੇ ਆ ਫਿਜ਼ੀਕਲੀ ਵੀ ਸਾਨੂੰ ਦੱਬਦੇ ਆ ਕਦੇ ਫੋਨ ਕਰਾਉਂਦੇ CBI ਦੀ ਧਮਕੀ ਕਦੇ ED ਦੀ ਧਮਕੀ ਜਿੰਨੀਆਂ ਵੀ ਧਮਕੀਆਂ ਸਾਨੂੰ ਦਿੰਦੇ ਆ ਬਟ ਸਾਡੇ ਤੇ ਉਹਨਾਂ ਦਾ ਕੋਈ ਅਸਰ ਨਹੀਂ ਅਸੀਂ ਡਟੇ ਹੋਏ ਆ ਜਦੋਂ ਤੱਕ ਇਹ ਬਿੱਲ ਪ੍ਰੋਪਰ ਰੱਦ ਨਹੀਂ ਹੁੰਦੇ ਉਦੋਂ ਤੱਕ ਜਿਵੇਂ ਵੀ ਜਥੇਬੰਦੀਆਂ ਦਾ ਹੁਕਮ ਹੋਊਗਾ ਜਿੱਥੇ ਖੜਨ ਨੂੰ ਕਹਿਣਗੇ ਆ ਦਿਨੇ ਤਾਂ ਦਿਨੇ ਖੜੇ ਆ ਰਾਤ ਨੂੰ ਤਾਂ ਰਾਤ ਨੂੰ ਖੜੇ ਆ ਖੜੇ ਆ ਜੀ ਬਿਲਕੁਲ ਹੋਰ ਹੋਰ ਜਿਹੜੇ ਸਿੰਗਰ ਹੈਗੇ ਨੇ ਜਿਹੜੇ ਇੱਥੇ ਡਟੇ ਹੋਏ ਨੇ ਉਹਨਾਂ ਨੂੰ ਵੀ ਇਹ ਜਿਹਾ ਹਰਾਸਮੈਂਟ ਕੀਤਾ ਜਾ ਰਹੀ ਹੈ ਉਹਦੇ ਆਲੇ ਦੋਲੇ ਘੁੰਮ ਰਹੇ ਨੇ ਬਿਲਕੁਲ ਸਾਰੀ ਇੰਡਸਟਰੀ ਕੱਲਾ ਮੈਂ ਨਹੀਂ ਮੈਂ ਜੇ ਆਪਣੀ ਗੱਲ ਕਰਾਂ 바ਵਾ ਹਰਫ ਕਨਵਰ ਸਾਰੇ ਨੇ ਜਿੰਨੇ ਵੀ ਭਰਾ ਨੇ ਇੱਕ ਇੱਕ ਅਨਨੋਨ ਕਾਲ ਆਉਂਦੀ ਹੈ ਹਮ ਹਮ ਕਿਉਂਕਿ ਹੁਣ ਅਸੀਂ ਇੱਕ ਦੂਜੇ ਨਾਲ ਕਨੈਕਟ ਚਾਂ ਸਾਰੇ ਜਣੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਆਂ ਵੀ ਕੱਲ ਦਾ ਤੂੰ ਕਿਹੜੇ ਬਾਰਡਰ ਤੇ ਜਾਣਾ ਮੈਂ ਕਿਹੜੇ ਬਾਰਡਰ ਤੇ ਜਾਣਾ ਸਾਡੇ ਕੀ ਰਜੇਵੇਂ ਨੇ ਪ੍ਰੋਗਰਾਮ ਨਾਲੋਂ ਜ਼ਿਆਦਾ ਸਾਡੇ ਰਜੇਵੇਂ ਉਹ ਚਲੋ ਸਾਡਾ ਕੀਤਾ ਉਹ ਵੀ ਕਰਦੇ ਆਂ ਉਧਰੋਂ ਫ੍ਰੀ ਹੋ ਕੇ ਅਸੀਂ ਇੱਧਰ ਵੀ ਆਪਦੀਆਂ ਡਿਊਟੀਆਂ ਵੰਡੀਆਂ ਵੀ ਨੇ ਬੀਰ ਕੋਲ ਤੇ ਠੀਕ ਕੋਲ ਤੇ ਕੀ ਕੀਤਾ ਜਾਂਦਾ ਜੀ ਕਾਲ ਤੇ ਕੀਆ ਜਾਂਦਾ ਵੀ ਘੰਟੇ ਤੱਕ ਛਾਪਾ ਪਊਗਾ ਤੁਸੀਂ ਆਪ ਦਾ ਭਾਈ ਅਵੇਅਰ ਹੋ ਜਾਓ ਇੱਕ ਹਰਾਸਮੈਂਟ ਹੁੰਦੀ ਆ ਬੰਦਾ ਪਰਿਵਾਰ ਨਾਲ ਬੈਠਾ ਹੁੰਦਾ ਕਿਤੇ ਫੈਮਲੀ ਨਾਲ ਕਿਤੇ ਘਰੇ ਕੋਈ ਗੱਲਬਾਤ ਹੁੰਦੀ ਆ 1:30 ਵਜੇ ਰਾਤ ਨੂੰ ਫੋਨ ਆਉਂਦਾ ਸਟਨਲੀ ਇਹ 2-3 ਵਾਰੀ ਹੋ ਲਿਆ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਤੇ ਹੁਣ ਆ 2-3 ਦਿਨ ਪਹਿਲਾਂ ਅਫਵਾਹ ਉੱਡੀ ਕਿ ਈਡੀ ਆ ਰਹੀ ਆ ਤਾਂ ਤੁਸੀਂ ਅਵੇਅਰ ਹੋ ਜਾਓ ਸੋ ਇਹ ਹਰਾਸਮੈਂਟ ਕਰ ਰਹੀ ਆ ਸਰਕਾਰ ਤੁਸੀਂ ਵੇਖਿਆ ਕਿਸ ਤਰ੍ਹਾਂ ਜਿਹੜਾ ਹੈਗਾ ਪੰਜਾਬੀ ਗਾਇਕਾਂ ਤੇ ਦਬਾਅ ਬਣਾਈ ਜਾ ਰਿਹਾ ਹੈ ਕਿਉਂਕਿ ਉਹ ਕਿਸਾਨਾਂ ਦਾ ਪੁੱਤ ਬਣ ਕੇ ਸਿੰਘੂ ਬੋਡਰ ਟਿੱਕਰੀ ਬੋਡਰ ਹਰ ਜਗ੍ਹਾ ਡਟੇ ਹੋਏ ਨੇ ਤਾਂ ਕੇਂਦਰ ਸਰਕਾਰ ਹੁਣ ਇਹਨਾਂ ਦਾ ਕਹਿਣਾ ਇਸ ਲੈਵਲ ਤੱਕ ਆ ਗਈ ਹੈਗੀ ਹੈ ਕਿ ਹਰਾਸਮੈਂਟ ਹੋਵੇਗੀ ਵੈਸੇ ਇਹਨਾਂ ਦਾ ਕਹਿਣਾ ਹੈ ਸਾਰਾ ਟੈਕਸ ਪੇ ਕਰਦੇ ਨੇ ਸਭ ਕੁਝ ਹੈ ਤੇ ਕੇਂਦਰ ਸਰਕਾਰ ਨੂੰ ਵੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਪੰਜਾਬ ਦੀ ਲੜਾਈ ਪੰਜਾਬੀ ਦੀ ਲੜਾਈ ਹੀ ਨਹੀਂ ਕਿਸਾਨਾਂ ਦੀ ਲੜਾਈ ਹੀ ਨਹੀਂ ਸਭ ਦੀ ਸਾਂਝੀ ਲੜਾਈ ਹੈ ਸਰਕਾਰਾਂ ਵੀ ਛੇਤੀ ਮੰਨਣ ਔਰ ਜਿਹੜਾ ਹੈ ਇਸ ਤਰ੍ਹਾਂ ਕਿਸੇ ਤੇ ਦਬਾਅ ਬਣਾਉਣਾ ਬਿਲਕੁਲ ਗਲਤ ਹੈ ਜਿਵੇਂ ਇਹ ਵਹਿ ਇੱਕ ਚਾਹੇ ਮ ਬਹੁਤ ਸਾਰਾ মিডিਆ ਖੁਸ਼ ਹੈ ਹਰ ਕੋਈ ਖੁਸ਼ ਹੈਗਾ ਪੰਜਾਬੀ মিডিਆ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਪੁੱਤ ਬਣ ਕੇ ਸਾਰੇ ਲੱਗੇ ਹੋਏ ਨੇ ਲੇਕਿਨ ਇੱਕ ਤੁਹਾਡਾ ਗਾਣਾ ਬਹੁਤ ਫੇਮਸ ਹੋ ਰਹੇ ਨੇ ਚਾਹੇ ਕਨਵਰ ਗਰਵਾਲ ਜੀ ਦੇ ਹੁਣ ਹਰ ਜਗ੍ਹਾ ਵਜ ਰਹੇ ਨੇ ਗਾਣੇ ਉਹ ਚਾਇਆ ਵਿਕ ਗਿਆ ਭਾਵੇਂ ਇੰਡੀਆ ਦਾ মিডিਆ ਲੇਕਿਨ ਆਪ ਵਰਲਡ ਪੰਜਾਬੀ ਟੀਵੀ ਦੀ ਗੱਲ ਕਰੀਏ ਜਾਂ ਪੰਜਾਬੀ মিডিਆ ਇਹ ਤਾਂ ਲਗਾਤਾਰ ਜਿਹੜਾ ਹੈਗਾ ਹੈ ਬਣਿਆ ਹੋਇਆ ਨਾਲ ਕਿਸਾਨਾਂ ਦੇ ਨਾਲ ਬਣਿਆ ਹੋਇਆ ਕਿਸਾਨਾਂ ਦੀ ਲੜਾਈ ਬਣਿਆ ਆ ਤੇ ਸਾਨੂੰ ਕਿਤੇ ਨਾ ਕਿਤੇ ਗੱਲ ਪਿੰਚ ਹੁੰਦੀ ਹੈ ਕਿ ਉਹ ਸਿਰਫ ਨੈਸ਼ਨਲ ਮੀਡੀਆ ਦੀ ਗੱਲ ਸੀ ਅਸੀਂ ਬਿਲਕੁਲ ਮੈਂ ਜਿਹੜਾ ਜਿਹਨੂੰ ਗੋਦੀ ਮੀਡੀਆ ਦਾ ਤੁਸੀਂ ਨਾਮ ਦਿੱਤਾ ਗਿਆ ਜਿਹੜਾ ਗੋਦੀ ਉਹਨਾਂ ਦੀ ਗੋਦੀ ਚ ਬੈਠਾ ਮੀਡੀਆ ਅਸੀਂ ਸਿਰਫ ਉਸ ਮੀਡੀਆ ਦੀ ਗੱਲ ਕੀਤੀ ਸੀ ਉਸ ਗੀਤ ਚ ਅੱਗੇ ਅਸੀਂ ਜ਼ਿਕਰ ਕੀਤਾ ਸੀ ਕਿ ਸਾਡਾ ਪੰਜਾਬ ਦਾ মিডিਆ ਜੀ ਨੇ ਹਮੇਸ਼ਾ ਹਾਂ ਪੱਖੀ ਰਵਈਆ ਅਪਣਾਇਆ ਇਸ ਅੰਦੋਲਨ ਲਈ ਤੇ ਉਹ ਵੀਰ ਬਰਾਬਰ ਰਟੇ ਹੋਇਆ ਉਹ ਗਾਣੇ ਦੇ ਲਾਸਟ ਅੰਤਰੇ ਚ ਇਹ ਆਉਂਦਾ ਕਿ ਸਾਡਾ মিডিਆ ਜਿਹੜਾ ਉਹ ਸਾਡੇ ਨਾਲ ਸਾਡਾ ਸਾਥ ਦੇ ਰਿਹਾ ਸੋ ਉਹ ਸਾਨੂੰ ਮਾਣ ਹੈ ਤੁਹਾਡੇ ਤੇ ਕਿਉਂਕਿ ਅੱਜ ਹਰ ਇੱਕ ਵਰਗ ਤੁਸੀਂ ਵੀ ਆਪਦੇ ਆਪ ਨੂੰ ਕਿਸਾਨ ਕਹਿ ਰਹੇ ਹੋ ਇਦੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਸਾਡਾ ਕਿਤਾ گاਉਣ ਵਜਾਉਣ ਵਾਲਾ ਅਸੀਂ ਵੀ ਆਪਦੇ ਆਪ ਨੂੰ ਕਿਸਾਨ ਕਹੇ ਹੈ ਹੀ ਕਿਸਾਨ ਆ ਅਸੀਂ ਸਾਰੇ ਤਾਂ ਹੀ ਗਾਨੇ ਹੋ ਜਦ ਤੁਸੀਂ ਤਾਂ ਹੈ ਹੀ ਕਿਸਾਨ ਹੋ ਫਿਰ ਵੀ ਜੇ ਕਿਸਾਨ ਕਹਿੰਦਾ ਅਸੀਂ ਪੱਤਰਕਾਰ ਤਾਂ ਤਾਂ ਕਰਦੇ ਆ ਰੋਟੀ ਖਾਣੇ ਆ ਉਹ ਕਿਸਾਨ ਦੀ ਹੈ ਪ੍ਰਾਈਮ ਮਿਨਿਸਟਰ ਮੋਦੀ ਦੀ ਗੱਲ ਕਰੀ ਜਾਵੇ ਉਹ ਵੀ ਰੋਟੀ ਦਾ ਕਿਸਾਨ ਦੀ ਹੀ ਖਾ ਰਹੇ ਨੇ ਚਾਹੇ ਕੋਈ ਦੇਖੋ ਕਿਸਾਨ ਨਾ ਵੀ ਹੋਵੇ ਅੰਨਦਾਤਾ ਕਿਸਾਨ ਨੂੰ ਕਿਹਾ ਜਾਂਦਾ ਹੈ इमोਸ਼ਨਲੀ ਉਹਦੇ ਨਾਲ ਹਰ ਇੱਕ ਬੰਦਾ ਅਟੈਚ ਹੁੰਦਾ ਉਹਦੀ ਇੱਜ਼ਤ ਕਰਦਾ ਕਿਉਂਕਿ ਅਨਾਜ ਨੂੰ ਪੈਦਾ ਕਰਨਾ ਤਾਂ ਉਹ ਸਾਡੀ ਰੋਟੀ ਚਾਹੁੰਦਾ ਅੱਜ ਜੇ ਸੰਘਰਸ਼ ਵਿੱਢਿਆ ਤਾਂ ਇਹ ਕੋਈ ਮੈਨੂੰ ਲੱਗਦਾ ਖਾਲਾਜੀ ਦਾ ਬਾੜਾ ਨਹੀਂ ਅੱਜ ਦੇਸ਼ ਦੁਨੀਆ ਦੀ ਨਜ਼ਰ ਇਹ ਸੰਘਰਸ਼ ਤੇ ਆ ਸਾਡੇ ਆਗੂ ਨੇ ਜਿਹੜੇ ਬੜੇ ਸੂਝਵਾਨ ਤਰੀਕੇ ਨਾਲ ਸਰਕਾਰਾਂ ਨਾਲ ਹੈਂਡਲ ਕਰ ਰਹੇ ਆ ਗੱਲਬਾਤ ਕਰ ਰਹੇ ਆ ਲਗਾਤਾਰ ਡਟੇ ਹੋਏ ਆ ਤੇ ਸਾਨੂੰ ਮਾਣ ਆ ਇਹਨਾਂ ਤੇ ਅੱਜ ਪੰਜਾਬ ਦੀ ਕੀ ਦੁਨੀਆ ਦੀ ਨਿਗਾ ਇਹਨਾਂ ਤੇ ਟਿਕੀ ਹੋਈ ਹੈ ਅੱਜ ਕਿਤੇ ਸਿਆਸਤ ਦੀ ਗੱਲ ਨਹੀਂ ਹੁੰਦੀ ਕਿਤੇ ਕੋਈ ਹੋਰ ਕ੍ਰਿਕਟ ਦੀ ਗੱਲ ਨਹੀਂ ਹੁੰਦੀ ਜੇ ਅੱਜ ਗੱਲ ਹੁੰਦੀ ਹੈ ਕਿਤੇ ਫਿਲਮਾਂ ਦੀ ਗੱਲ ਨਹੀਂ ਹੁੰਦੀ ਕਿਤੇ ਗਾਣਿਆਂ ਦੀ ਗੱਲ ਨਹੀਂ ਹੁੰਦੀ ਅੱਜ ਜੇ ਗੱਲ ਹੁੰਦੀ ਹੈ ਦੇਸ਼ ਦੁਨੀਆ ਜਤਾਏ ਹੁੰਦੀ ਹੈ ਵੀ ਜਥੇਬੰਦੀਆਂ ਦਾ ਅਗਲਾ ਹੁਣ ਫੈਸਲਾ ਕੀ ਹੈ ਇਸ ਸੰਘਰਸ਼ ਚੋਂ ਅਗਲੀ ਅਪਡੇਟ ਕੀ ਹੈ ਸੋ ਮੈਂ ਇੱਥੇ ਪ੍ਰਧਾਨ ਸਾਹਿਬ ਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਤੁਹਾਡੇ ਬੱਚੇ ਆ ਜੀ ਜੇ ਸਾਡੇ ਤੇ ਕੋਈ ਏਦਾਂ ਦੀ ਗੱਲਬਾਤ ਸਰਕਾਰ ਸਾਨੂੰ ਹਰਾਸਮੈਂਟ ਕਰਦੀ ਆ ਤਾਂ ਜ਼ਰੂਰ ਤੁਸੀਂ ਸਾਡਾ ਸਾਥ ਦਿਓ ਸਾਡੇ ਨਾਲ ਖੜੇ ਹੋ ਜੀ ਬਿਲਕੁਲ ਜੀ ਬਿਲਕੁਲ ਪੰਜਾਬੀ ਮੀਡੀਆ ਨਾਲ ਖੜਾ ਫਿਰ ਪ੍ਰਧਾਨ ਸਾਹਿਬ ਕੀ ਕਹਿਣਾ ਹੈ ਕਾਈ ਡੈ ਲੈਵਲ ਜੀ ਨਾਲ ਖੜੇ ਹੋ ਦੇਖੋ ਨਾਲ ਖੜੇ ਨਹੀਂ ਇਕੱਲਾ ਇਹ ਸਾਡੇ ਬੱਚੇ ਆ ਹੂੰ ਹੂੰ ਅਸੀਂ ਜੀ ਇਹਨਾਂ ਦੇ ਉੱਤੇ ਕੋਈ ਆ ਚਾਹੀਗੀ ਨਾ ਹਮ ਕੱਲੇ ਇਹਨਾਂ ਦੀ ਗੱਲ ਮੈਂ ਕਰ ਰਿਹਾ ਮੈਂ ਹੋਰ ਵੀ ਗੱਲ ਦੱਸ ਦੇਣਾ ਤੁਹਾਨੂੰ ਕੱਲ ਦੀ ਸਾਨੂੰ ਸੂਚਨਾ ਮਿਲ ਰਹੀਆਂ ਨੇ ਕੁਝ ਆਰਥੀਏ ਵੀਰ ਜਿਹੜੇ ਸਾਡੀ ਹੈਲਪ ਕਰ ਰਹੇ ਨੇ ਹਮ ਇੱਥੇ ਰਾਸ਼ਨ ਪਚਾ ਰਹੇ ਨੇ ਇੱਥੇ ਕਿਰਿਆਨੇ ਦਾ ਸਮਾਨ ਇੱਥੇ ਟੈਂਟਾਂ ਦਾ ਪ੍ਰਬੰਧ ਇੱਥੇ ਮੈਡੀਸਨ ਦਾ ਪ੍ਰਬੰਧ ਤਰ੍ਹਾਂ ਤਰ੍ਹਾਂ ਦੀ ਮਦਦ ਸਾਡੀ ਉਹ ਕਰ ਰਹੇ ਨੇ ਕੱਪੜੇ ਗਰਮ ਭੇਜ ਰਹੇ ਨੇ ਕੰਬੜੇ ਭੇਜ ਰਹੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਹਰਾਸ ਇਹਨਾਂ ਦੇ ਨਾਲ ਹੀ ਕਰਨਾ ਸ਼ੁਰੂ ਕੀਤਾ ਹੈ ਹਮ ਇਹਦਾ ਮਤਲਬ ਨਿਕਲਦਾ ਹੈ ਕਿ ਇਹ ਇਹ ਮੁੱਢਲਾ ਤੋਂ ਤੁਰਿਆ ਆਇਆ ਹੈ ਇਹ ਨਮਾ ਵਰਤਾਰਾ ਨਹੀਂ ਗਾ ਤੁਸੀਂ ਇਤਿਹਾਸ ਪੜੋਗੇ ਨਾ ਜਦੋਂ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਜਾਂ ਚਾਚਾ ਜੀਤ ਸਿੰਘ ਦੀ ਲੜਾਈ ਦਾ ਇਤਿਹਾਸ ਉਸ ਵੇਲੇ ਵੀ ਗਾਇਕ ਨੂੰ ਜਾਂ ਲਿਖਾਰੀ ਨੂੰ ਕਾਲੇ ਪਾਣੀ ਦੀ ਸਜ਼ਾ ਭੁਗਤਨੀ ਪਈ ਹੈ ਕਿ ਤੂੰ ਇਹ ਇਹ ਗੀਤ ਲਿਖਿਆ ਤੇ ਇਹ ਗੀਤ ਜਿਹੜਾ ਪਗੜੀ ਸੰਭਾਲ ਜੱਟਾ ਚਾਚਾ ਜੀਤ ਸਿੰਘ ਦੇ ਉਸ ਅੰਦੋਲਨ ਦਾ ਇਹ ਹਿੱਸਾ ਬਣ ਗਿਆ ਇੱਕ ਨਾਰਾ ਬਣ ਗਿਆ ਉਹ ਬਣ ਕੇ ਬਿਹਾਰੀ ਨੂੰ ਵਿਚਾਰੇ ਨੂੰ ਮਤਲਬ ਕਾਲੇ ਪਾਣੀ ਦੀ ਸਜ਼ਾ ਕੀਤੀ ਸਰਕਾਰ ਨੇ ਉਸ ਸਮੇਂ ਤਾਂ ਜਿਹੜਾ ਵੀ ਇਸ ਅੰਦੋਲਨ ਦੇ ਵਿੱਚ ਇਹਨਾਂ ਨੂੰ ਰੜਕਦਾ ਹੈ ਨਾ ਕਿ ਇਹਦੇ ਇਹਦੀ ਆਵਾਜ਼ ਇਹ ਇਹਦੀ ਆਵਾਜ਼ ਕਿਤੇ ਨਾ ਕਿਤੇ ਹਟ ਕਰਦੀ ਹੈ ਤਾਂ ਉਹ ਉਹ ਉਸ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਪਰ ਇਹ ਮੈਂ ਕਹੂੰਗਾ ਕਿ ਸ਼ਾਬਾਸ਼ ਘੱਟੋ ਘੱਟ ਇਹ ਤਾਂ ਹੋਇਆ ਨਾ ਵੀ ਇਹਨਾਂ ਮੁੰਡਿਆਂ ਦੀ ਆਵਾਜ਼ ਨੇ ਕਿਤੇ ਨਾ ਕਿਤੇ ਮੋਦੀ ਨੂੰ ਦਰਦ ਤਾਂ ਦਿੱਤਾ ਕਿਤੇ ਨਾ ਕਿਤੇ ਦਰਦ ਤਾਂ ਦਿੱਤਾ ਹੈ ਨਾ ਉਹਨਾਂ ਆੜਤੀਆਂ ਦੀ ਮਦਦ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਦਰਦ ਤਾਂ ਦਿੱਤਾ ਹੈ ਨਾ ਰਹੀ ਗੱਲ ਮਦਦ ਦੀ ਅਸੀਂ ਆਪਜੀ ਦੇ ਮਾਧਿਅਮ ਦੇ ਰਾਹੀਂ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਦੇਖੋ ਬਿਲਕੁਲ ਪੀਸਫੁਲੀ ਲੜਾਈ ਲੜੀ ਜਾ ਰਹੀ ਹੈ ਇਹ ਲੜਾਈ ਪੂਰੇ ਵਰਲਡ ਦੇ ਵਿੱਚ ਲੜੀ ਜਾ ਰਹੀ ਹੈ ਹਰ ਤਬਕੇ ਵੱਲੋਂ ਲੜੀ ਜਾ ਰਹੀ ਹੈ ਅਗਰ ਤੁਸੀਂ ਅჯਿਹਾਂ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਆਪਣੇ ਆਪ ਨੂੰ ਹਿਟਲਰ ਦਾ ਬਰਾਬਰ ਦਾ ਦਰਜਾ ਦੇ ਰਹੇ ਹੋ ਤੇ ਲੋਕ ਬਖਸ਼ਣਗੇ ਨਹੀਂ ਇਹਨਾਂ ਦੇ ਅਸੀਂ ਨਾਲ ਖੜੇ ਹਾਂ ਕਿਤੇ ਵੀ ਇਹਨਾਂ ਬੱਚਿਆਂ ਦੇ ਉੱਤੇ ਜਾਂ ਉਹਨਾਂ ਆਰਤੀਆਂ ਦੇ ਉੱਤੇ ਕੋਈ ਦਬਾਅ ਪਾਉਣ ਦੀ ਸਰਕਾਰ ਕੋਸ਼ਿਸ਼ ਕਰੇਗੀ ਅਸੀਂ ਇਹਨਾਂ ਨੇ ਮਗਰ ਹੋਣਗੇ ਇਹਨਾਂ ਦੇ ਮੂਰੇ ਜਾ ਕੇ ਜਿੱਥੇ ਜਿੱਥੇ ਬੰਦੀਆਂ ਲੜਾਈ ਲੜਨਗੀਆਂ ਬਿਲਕੁਲ ਕਿਸੇ ਤਰ੍ਹਾਂ ਦੀ ਅਸੀਂ ਆਤ ਨਹੀਂ ਆਉਣ ਦੇਾਂਗੇ ਇਹਨਾਂ ਨੂੰ ਬਿਲਵਲ ਸਾਹਿਬ ਇਹ ਤਾਂ ਗੱਲ ਰਹੀ ਅਹੀਂ ਨਾ ਅੱਜ ਗੱਲ ਕੀਤੀ ਇੱਥੇ ਜਿਹੜੇ ਲੋਕਲ ਸੁਸਾਇਟੀਆਂ ਹੈਗੀਆਂ ਨੇ ਸਿੰਘਬਾਡਰ ਲੱਗੇ ਧੀਆ ਭੈਣਾਂ ਨੇ ਜਦ ਸਾਨੂੰ ਕਿਹਾ ਕੁੜੀਆਂ ਨੇ ਕਿਹਾ ਕਿ ਅਹੀਂ ਰਾਂ ਨੂੰ 11 ਵਜੇ ਵੀ ਕਿਸਾਨੀ ਸੰਘਰਸ਼ ਦੇ ਵਿੱਚੋਂ ਲੰਘ ਜੀਏ ਨਾ ਸਾਨੂੰ ਕੋਈ ਮਿਲ ਹੀ ਨਜ਼ਰ ਨਾਲ ਨਹੀਂ ਦੇਖਦਾ ਕਹਿੰਦੇ ਅਲੱਗ ਹੀ ਅੰਦੋਲਨ ਨੇ ਪਹਿਲਾਂ ਵੀ ਵੇਖੇ ਇਹ ਅਲੱਗ ਹੀ ਨੇ ਲੋਕ ਕਹ ਰਹੇ ਨੇ ਸ਼ੋਰੂਮ ਉਹਨਾਂ ਦੇ ਹੀ ਘਰ ਤੋਂ ਕਹਿ ਰਹੇਗੇ ਕਹਿੰਦੇ ਸ਼ੋਰੂਮ ਖਾਲੀ ਪਏ ਨੇ ਖੁੱ ਤੇ ਅਲੱਗ ਤਰ੍ਹਾਂ ਦਾ ਅੰਦੋਲਨ ਮੈਨੇਜ ਕੀਤਾ ਕੀਤਾ ਜਾ ਰਿਹਾ ਔਰ ਅੱਗੇ ਅਗਰ ਸੁਪਰੀਮ ਕੋਰਟ ਵੱਲੋਂ ਜਾਂ ਕਿਸੇ ਵੱਲੋਂ ਐਦਾਂ ਆਂਦਾ ਕਿ ਉੱਠੋ ਤੇ ਉਸ ਵੇਲੇ ਜਿਹੜਾ ਹੈ ਯੂਥ ਨੂੰ ਕੀ ਮੈਸੇਜ ਦੇਣਾ ਹੈ ਔਰ ਕੀ ਕਹੋਗੇ ਅੱਗੇ ਦੀ ਰਣਨੀਤੀ ਦੇਖੋ ਜਿਹੜਾ ਅਸੀਂ ਇੱਕ ਇਤਿਹਾਸ ਦੁਹਰਾ ਰਹੇ ਹਾਂ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਗਈ ਹੈ ਨਾ ਉਦੋਂ 92% ਕੁਰਬਾਨੀਆਂ ਪੰਜਾਬ ਦੀਆਂ ਰਹੀਆਂ ਅੱਜ ਵੀ ਮਤਲਬ ਹਰ ਥਾਂ ਤੇ ਪੰਜਾਬ ਮਤਲਬ ਇਸ ਅੰਦਲ ਅੰਦੋਲਨ ਨੂੰ ਲੜ ਰਿਹਾ ਹੈ ਔਰ ਨਾਲ ਇੱਕ ਗੱਲ ਹੋਰ ਬਹੁਤ ਵੱਡੀ ਹੈ ਲੜ ਰਹੇ ਹਾਂ ਸਾਰ ਸਾਰਿਆਂ ਨੂੰ ਲੈ ਕੇ ਚੱਲ ਰਹੇ ਹਾਂ ਕਿਸੇ ਦੇ ਨਾਲ ਕੋਈ ਮਤਲਬ ਨਫ਼ਰਤ ਨਹੀਂ ਹਰ ਇੱਕ ਨੂੰ ਅਸੀਂ ਕਲਾਵੇ ਚ ਲੈ ਕੇ ਚੱਲਣ ਦਾ ਯਤਨ ਕਰ ਰਹੇ ਹਾਂ ਭਾਵੇਂ ਕੋਈ ਗੱਲ ਨਹੀਂ ਠੀਕ ਆ ਪੰਜਾਬ ਪਹਿਲਾਂ ਤੋਂ ਮੋਰੀ ਰਿਹਾ ਹੈ ਤੇ ਜੇ ਅੱਜ ਪੰਜਾਬ ਇਸ ਗੱਲ ਦਾ ਮਾਣ ਕਰੇ ਵੀ ਅਸੀਂ ਬਾਲਿਆਂ ਤੁਸੀਂ ਥੋੜੇ ਨਹੀਂ ਇਹ ਸਾਡਾ ਵਿਰਸਾ ਹੈ ਅਸੀਂ ਬੋਰ ਨੇ ਉੱਠਣ ਨੂੰ ਕਹਿਤਾ ਤੇ ਫਿਰ ਯੂਥ ਨੂੰ ਨਾਲ ਕੁਝ ਮਤਲਬ ਉਹ ਹੋਵੇ ਮੈਂ ਮੈਂ ਉਹੀ ਗੱਲ ਕਰ ਰਿਹਾ ਹਾਂ ਇਹ ਸਾਡਾ ਵਿਰਸਾ ਹੈ ਇਸ ਵਿਰਸੇ ਤੋਂ ਅੱਗੇ ਜਾ ਕੇ ਇੱਕ ਸਾਡਾ ਵਿਰਸਾ ਇਹ ਵੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਬੀਬੀਆਂ ਰਾਤ ਬਰਾਤੇ ਤੁਰੀਆਂ ਫਿਰਦੀਆਂ ਕੋਈ ਪਰਵਾਹ ਨਹੀਂ ਸਾਡਾ ਵਿਰਸਾ ਯਾਦ ਕਰੋ ਇੱਕ ਦਿਨ ਇਤਿਹਾਸ ਅਗਵਾ ਇਸ ਗੱਲ ਦਾ ਕਿ ਸਰਦਾਰ ਹਰੀ ਸਿੰਘ ਨਲਵੇ ਨੂੰ ਕਿਸੇ ਪਠਾਨ ਲੜਕੀ ਨੇ ਨੌਜਵਾਨ ਲੜਕੀ ਨੇ ਆ ਕੇ ਇਹ ਕਿਹਾ ਕਿ ਸਰਦਾਰ ਜੀ ਮੈਂ ਤੁਹਾਡੇ ਨਾਲ ਸ਼ਾਦੀ ਚਾਹਣੀ ਹੈ ਤਾਂ ਸਰਦਾਰ ਹਰੀ ਸਿੰਘ ਨਲਵੇ ਨੇ ਕੀ ਕਿਹਾ ਸੀ ਕਿ ਤੁਸੀਂ ਮੇਰੇ ਮਾਤਾ ਜੀ ਨੂੰ ਬਿਲਕੁਲ ਇੱਕ ਨੌਜਵਾਨ ਬੇਟੀ ਨੂੰ ਸਾਡਾ ਯੋਧਾ ਉਸ ਵੇਲੇ ਕੋਈ ਹਰੀ ਸਿੰਘ ਨਲਵਾ ਬੁੱਢਾ ਨਹੀਂ ਸੀ ਹੋ ਗਿਆ ਨੌਜਵਾਨ ਸੀ ਉਹ ਕਿਉਂ ਕਿਹਾ ਗੁਰੂ ਦੀ ਮੱਤ ਸੀ ਗੁਰੂ ਦੀ ਮੱਤ ਸੀ ਔਰ ਇੱਥੇ ਵੀ ਸਾਡੇ ਗੁਰੂ ਦੀ ਮੱਤ ਸਾਡੇ ਸਿਰ ਤੇ ਉਵੇਂ ਸਾਡੇ ਨਾਲ ਅੰਗ ਸੰਗ ਸਹਾਇ ਨੇ ਸਾਡੇ ਨੌਜਵਾਨ ਉਸ ਇਤਿਹਾਸ ਨੂੰ ਅੱਜ ਫਿਰ ਜਾ ਕੇ ਮਤਲਬ ਦੁਬਾਰਾ ਦੁਹਰਾ ਰਹੇ ਨੇ ਔਰ ਉਹ ਸਾਬਤ ਕਰ ਰਹੇ ਨੇ ਕਿ ਅਸੀਂ ਉਹਨਾਂ ਦੇ ਹੀ ਔਲਾਦ ਆ ਅਸੀਂ ਉਹਨਾਂ ਦੇ ਵਾਰਿਸ ਆ ਅਸੀਂ ਉਹਨਾਂ ਦੇ ਹੀ ਬੱਚੇ ਆ ਉਸੇ ਗੁਰੂ ਨਾਨਕ ਦਾ ਫਲਸਫਾ ਜਿਹੜੇ ਜਿਹਨੇ ਉਹਨਾਂ ਨੂੰ ਇਸ ਗੱਲ ਲਈ ਉਹਨਾਂ ਦੇ ਮੂੰਹ ਕਹਾਈਆਂ ਉਹੀ ਗੁਰੂ ਨਾਨਕ ਦਾ ਫਲਸਫੇ ਦੇ ਮਾਲਕ ਅਸੀਂ ਹਾਂ ਔਰ ਅਸੀਂ ਸਾਡੀਆਂ ਸਾਰੀਆਂ ਧੀਆਂ ਨੇ ਇੱਥੇ ਸਾਡੀਆਂ ਸਭ ਭੈਣਾਂ ਨੇ ਇੱਥੇ ਸਾਡੇ ਸਾਰੇ ਆਣ ਗੁਆਣ ਚ ਵਸਣ ਵਾਲੇ ਲੋਕ ਸਾਡਾ ਪਰਿਵਾਰ ਹੈ ਅਸੀਂ ਤੇ ਇੱਥੋਂ ਟਿਕ ਰਹੇ ਸਾਡੇ ਲੋਕਾਂ ਦੀ ਤੁਸੀਂ ਦੇਖਿਓ ਜਦੋਂ ਅਸੀਂ ਜਾਵਾਂਗੇ ਅਸੀਂ 10 ਦਿਨਾਂ ਨੂੰ ਜਾਗੇ ਅਸੀਂ 20 ਦਿਨਾਂ ਨੂੰ ਜਾਗੇ ਅਸੀਂ 2 ਮਹੀਨਾ ਨੂੰ ਜਾਗੇ ਜਿੱਦੇ ਅਸੀਂ ਮੋਰਚਾ ਫਤੇ ਕਰਕੇ ਜਾਵਾਂਗੇ ਨਾ ਤੁਸੀਂ ਦੇਖੋਗੇ ਲੋਕ ਅੱਖਾਂ ਭਰ ਕੇ ਰੋਣਗੇ ਬਿਲਕੁਲ ਜੀ ਨਹੀਂ ਇੱਥੇ ਮਤਲਬ ਇਹ ਰੱਬ ਦਾ ਜਿਹੜਾ ਹੈਗਾ ਕਹਿ ਲੀਏ ਕਰਤਾ ਜਾਂ ਫਿਰ ਮਤਲਬ ਮੈਨੇਜਮੈਂਟ ਇਦਾਂ ਦੀ ਹੈ ਲੱਖਾਂ ਲੋਕ ਨੇ ਗੰਦ ਨਹੀਂ ਸਾਫ ਸਫਾਈ ਬਹੁਤ ਵਧੀਆ ਲੰਗਰ ਪ੍ਰੋਪਰ ਲੱਗ ਰਹੇ ਨੇ ਰਸਤੇ ਪ੍ਰੋਪਰ ਖੋਲੇ ਹੋਏ ਨੇ ਐਂਬੂਲੈਂਸਾਂ ਲਈ ਸਭ ਲਈ ਮਲੇ ਮੈਨੇਜਮੈਂਟ ਕਿਤਾ ਕਿਤੀ ਕੋਈ ਆਈਐਮ ਤੋ ਤਾਂ ਨਹੀਂ ਬੁਲਾਇਆ ਜਾਂ ਫਿਰ ਆਈਐਮ ਨੂੰ ਵੀ ਫੇਲ ਕਰਤਾ ਕਿਸਾਨਾਂ ਨੇ ਦੇਖੋ ਇਹ ਮੈਂ ਕਹੂੰਗਾ ਇਹ ਨਹੀਂ ਹੈ ਗੱਲ ਹਾਂਜੀ ਨਾਤੇ ਅਸੀਂ ਕੋਈ ਮੈਨੇਜਮੈਂਟ ਕਰਨ ਵਾਲੇ ਬਹੁਤ ਵੱਡੇ ਸਿਆਣੇ ਆਪਣੇ ਆਪ ਨੂੰ ਕਹਿੰਦੇ ਆ ਇਹ ਤਾਂ ਮੈਂ ਕਹੂੰਗਾ ਵੀ ਸਾਡੇ ਖੂਨ ਚ ਹੈ ਸਾਡਾ ਵਿਰਸਾ ਇਹ ਸੇਵਾ ਭਾਵਨਾ ਇਹ ਸਾਡਾ ਵਿਰਸਾ ਹੈ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਹਰ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲਣਾ ਸਾਡਾ ਵਿਰਸਾ ਹੈ ਤੁਸੀਂ ਨੋਟ ਕਰਿਆ ਕਰਦੇ ਹੋਵੋਗੇ ਰਵੀ ਸਿੰਘ ਨੇ ਜਾ ਕੇ ਕਿੱਥੇ ਕਿੱਥੇ ਸੇਵਾ ਕੀਤੀ ਹੈ ਜਿੱਥੇ ਵੀ ਕੋਈ ਘਟਨਾ ਵਾਪਰੀ ਹੈ ਉੱਥੇ ਜਾ ਕੇ ਮੂਹਰੇ ਜਾ ਕੇ ਇਹਨਾਂ ਨੇ ਸੇਵਾ ਕੀਤੀ ਹੈ ਤੇ ਅੱਜ ਤੇ ਅਸੀਂ ਆਪਦਾ ਅੰਦੋਲਨ ਲੜ ਰਹੇ ਹਾਂ ਦੇਸ਼ ਲੈਵਲ ਦਾ ਅੰਦੋਲਨ ਲੜ ਰਹੇ ਹਾਂ ਤੋਂ ਅਸੀਂ ਮੂਰੀ ਹੋ ਕੇ ਸਾਡਾ ਮਤਲਬ ਲੋਕ ਇੱਥੇ ਜਿਹੜਾ ਕੰਮ ਕਰ ਰਹੇ ਨੇ ਕਰ ਰਹੇ ਨੇ ਇਹ ਇਹ ਸਾਡਾ ਵਿਰਸਾ ਹੈ ਸਾਡੀ ਵਿਰਾਸਤ ਹੈ ਅਸੀਂ ਗੁਰੂ ਨੂੰ ਮੰਨਣ ਵਾਲੇ ਹਾਂ ਔਰ ਗੁਰੂ ਦੀ ਕਿਰਪਾ ਨਾਲ ਹੀ ਇਹ ਸਾਰਾ ਕੁਝ ਆਪਣਿਆਂ ਹੋ ਰਿਹਾ ਹੈ ਲੜਾਈ ਤਾਂ ਹੱਲੇ ਵੈਸੇ ਲੰਬੀ ਚੱਲਦੀ ਹੋਈ ਦਿਖ ਰਹੀ ਹੈ ਨਹੀਂ ਲੜਾਈ ਲੰਬੀ ਚੱਲੇ ਅਸੀਂ 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 ਇਹ ਸੋਚ ਕੇ ਨਹੀਂ ਆਏਗੇ ਕਿ ਲੜਾਈ ਦੋ ਦਿਨਾਂ ਦੀ ਸਾਡੀ ਮੁੱਕ ਜੂਗੀ ਜਾਂ ਲੜਾਈ ਚਾਰ ਦਿਨ ਦੇਖੋ ਜਿੱਦੇ ਨਾਲ ਸਾਡੀ ਲੜ ਜੀਦੇ ਨਾਲ ਸਾਡੀ ਲੜਾਈ ਹੈ ਉਹ ਇੱਕ ਐਸਾ ਸ਼ਾਸਕ ਹੈ ਕਿ ਉਹਨੇ ਕਦੇ ਜਿਹੜਾ ਵੀ ਜਿੱਥੇ ਪੈਰ ਧਰ ਲਿਆ ਉਹ ਤੋਂ ਪੈਰ ਪਿੱਛੇ ਪੱਟਣਾ ਉਹਦੇ ਲਈ ਬਹੁਤ ਔਖਾ ਹੈ ਉਹ ਪੱਟ ਨਹੀਂ ਸਕਦਾ ਲੇਕਿਨ ਸਾਡੀ ਵੀ ਇਹ ਗੱਲ ਹੈ ਕਿ ਜੇਕਰ ਇਹ ਪੈਰ ਪਿੱਛੇ ਨਹੀਂ ਪੱਟੀਦਾ ਤੇ ਸਾਡੀ ਮੌਤ ਦੇ ਵਾਰੰਟ ਹੈ ਅਸੀਂ ਉਹ ਪੈਰ ਪਿੱਛੇ ਪਟਾਉਣਾ ਹੈ ਚਾਹੇ ਕੁਝ ਵੀ ਹੋਵੇ ਸਾਨੂੰ ਮਰਨਾ ਵੀ ਪਵੇ ਅਸੀਂ ਤਾਂ ਵੀ ਉਸ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਸ਼ਹਾਦਤਾਂ ਦੇਣਾ ਸਾਡਾ ਵਿਰਸਾ ਹੈ ਅਸੀਂ ਉਹ ਤੋਂ ਉਹ ਤੋਂ ਤਿਆਰ ਖੜੇ ਹਾਂ ਬਿਲਕੁਲ ਹੁਣ ਆਖਿਰ ਵਿੱਚ ਜਿਹੜਾ ਹੈਗਾ ਸਵਾਲ ਲਵਾਂਗੇ ਬਾਜਵਾਜੀ ਤੋਂ ਬਾਜਵਾਜੀ ਤੁਹਾਨੂੰ ਯੂਥ ਸਰਵ ਫੋਲੋ ਕਰਦਾ ਹੈ ਉਹਨਾਂ ਨੂੰ ਕੀ ਕਹਿਣਾ ਹੈਗਾ ਇਹ ਬਾਬੇ ਅਸੀਂ ਦੇਖਦੇ ਆਂ ਡਟੇ ਹੋਏ ਨੇ ਠੰਡ ਚ ਮਤਲਬ ਨਾਲ ਗੁਰੂ ਦਾ ਨਾਮ ਜਪ ਲੈਂਦੇ ਨੇ ਮੁੰਡੇ ਖੁੰਡੇ ਜਿਹੜੇ ਹੈ ਕਿਨੇ ਜੋਸ਼ ਹੁੰਦਾ ਪੂਰੀ ਜਿਹੜੇ એનર્ਜੀ ਨਾਲ ਹੁੰਦੇ ਨੇ ਉਹ ਜਦੋਂ ਇੱਥੇ ਵਿਲੇ ਟਾਈਮ ਹੁੰਦਾ ਡਟੇ ਦਾ ਹੋਏ ਨੇ ਹਰ ਵਿਲੇ ਦਾ ਕਹਿ ਨਹੀਂ ਸਕਦੇ ਡਟੇ ਹੋਏ ਨੇ ਕਿਸਾਨ ਸਖਰਚੇ ਲੇਕਿਨ ਕੀ ਕਰਿਆ ਕਰਨ ਕੁਝ ਤੁਸੀਂ ਮੈਸੇਜ ਦੇਣਾ ਚਾਹੋ ਯੂਥ ਨੂੰ ਦੇਖੋ ਵੱਡੀ ਗੱਲ ਇਹ ਹੈ ਜੀ ਜਦੋਂ ਅਸੀਂ ਇੱਥੇ ਸ਼ਾਮ ਨੂੰ ਪਹੁੰਚੇ ਆਂ ਰਹਿਰਾਸ ਸਾਹਿਬ ਦਾ ਪਾਠ ਚੱਲਦਾ ਬੀਬੀਆਂ ਸਟ ਸਵੇਰੇ ਟਰਾਲੀਆਂ ਚ ਜਾਪ ਸ਼ੁਰੂ ਹੋ ਜਾਂਦਾ ਹੈ ਇਹ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਪੀਰ ਪਗੰਬਰ ਸਾਡੇ ਹੈਗੇ ਨੇ ਤੇ ਉਹ ਮੈਨੂੰ ਇਹ ਲੱਗਦਾ ਕਿ ਉਹ ਇੱਥੇ ਸਾਡੇ ਨਾਲ ਨੇ ਬਿਲਕੁਲ ਜਿਹੜੇ ਹਿਸਾਬ ਨਾਲ ਇੱਥੇ ਲੰਗਰ ਚੱਲਦੇ ਆ ਨੌਜਵਾਨ ਵੀਰ ਨੇ ਜਿਹੜੇ ਜਿੰਮ ਲਾ ਰਹੇ ਆ ਦਵਾਈਆਂ ਦਾ ਲੰਗਰ ਚੱਲ ਰਿਹਾ ਬਾਦਾਮਾਂ ਦਾ ਲੰਗਰ ਚੱਲ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕਿਉਂਕਿ ਇਹ ਤਾਂ ਸਾਡੇ ਘਰ ਦਾ ਅੰਦੋਲਨ ਹੈ ਉਹਨਾਂ ਦਾ ਸਮਾ ਹੈਗਾ 25 26 27 ਫਤਿਹਗੜ੍ਹ ਸਾਹਿਬ ਸਭਾ ਲੱਗਦੀ ਹੈ ਉੱਥੇ ਤਾਂ ਹੁਣ ਸਾਰੇ ਨਹੀਂ ਜਾ ਪਾਣਗੇ ਇੱਥੇ ਡਟੇ ਹੋਏ ਨੇ ਉਸ ਸਮੇਂ ਕੀ ਕਰਨ ਕੁਝ ਕਹਿਣਾ ਚਾਹੁੰਗਾ ਉਹ ਇਸ ਵਾਰ ਅਸੀਂ ਜੇ ਸਾਡਾ ਅੰਦੋਲਨ ਉਦੋਂ ਤੱਕ ਨਾ ਸਮਾਪਤ ਹੋਇਆ ਜਿੱਤ ਸਾਡੇ ਹਿੱਸੇ ਨਾ ਆਈ ਉਦੋਂ ਤੱਕ ਸਭਾ ਜਦੋਂ ਅਸੀਂ ਉੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਉਂਦੇ ਆ ਛੋਟੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਉਹ ਅਸੀਂ ਇੱਥੇ ਉਹਨਾਂ ਨੂੰ ਉਹਨਾਂ ਦੀ ਯਾਦ ਚ ਮੋਮਬਤੀਆਂ ਬਾਲ ਕੇ ਇੱਥੇ ਜਾਪ ਕਰਾਂਗੇ ਪ੍ਰੋਪਰ ਤਨੂਦਨ ਬੈਠ ਕੇ ਜੁਮੇ ਵੀ ਜਥੇਬੰਦੀਆਂ ਦੀ ਇੱਕ ਅਸੀਂ ਮੀਟਿੰਗ ਕਰਾਂਗੇ ਸਲਾਮ ਅਸ਼ਬਰਾਉ ਉਹਨਾਂ ਦੀ ਯਾਦ ਚ ਕੋਈ ਕੈਂਪ ਲਾਵਾਂਗੇ ਇੱਥੇ ਕੁਝ ਸਫਾਈ ਅਭਿਆਨ ਚਲਾਵਾਂਗੇ ਉਹ ਆਉਣ ਵਾਲੇ ਦਿਨਾਂ ਚ ਅਸੀਂ ਕਲੀਅਰ ਕਰ ਦਾਂਗੇ ਪਰ ਨੌਜਵਾਨੀ ਨੂੰ ਮੈਂ ਇਹੀ ਕਹਿਣਾ ਚਾਹੁੰਨਾ ਕਿ ਪੰਜਾਬੀਆਂ ਨੂੰ ਦੁਨੀਆ ਚ ਜੋਸ਼ ਲਈ ਮੰਨਿਆ ਜਾਂਦਾ ਹੈ ਥੋੜੇ ਟਾਈਮ ਪਹਿਲਾਂ ਇਹ ਤੱਬਾ ਲੱਗਦਾ ਰਿਹਾ ਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਕਰਾਹੇ ਪੈ ਗਈ ਨਸ਼ੇ ਰਾਹੀਂ ਪੈ ਗਈ ਪਰ ਇੱਥੇ ਜਿਹੜਾ ਵਰਤਾਰਾ ਵਰਤ ਰਿਹਾ ਹੈ ਇੱਕ ਬਹੁਤ ਖੂਬਸੂਰਤ ਚੀਜ਼ ਦੇਖਣ ਨੂੰ ਮਿਲਦੀ ਹੈ ਇੱਥੇ ਕਿਤਾਬਾਂ ਦਾ ਲੰਗਰ ਲੱਗਿਆ ਹੋਇਆ ਮੈਨੂੰ ਲੱਗਦਾ ਵੀ ਸਮਾਜਿਕ ਚੇਤਨਾ ਜਿਹੜੀ ਉਹ ਤੁਹਾਨੂੰ ਕਿਤਾਬਾਂ ਤੋਂ ਮਿਲਦੀ ਹੈ ਜਿਨ੍ਹਾਂ ਦਾ ਸਟੇਜ ਤੋਂ ਵਾਰ-ਵਾਰ ਜ਼ਿਕਰ ਹੁੰਦਾ ਹੈ ਜਸਾ ਸਿੰਘ ਆਲੂ ਵਾਲੀਆ ਜਸਾ ਸਿੰਘ ਰਾਮ ਗੜੀਆ ਬਾਪੂ ਬਘੇਲ ਸਿੰਘ ਕਰਤਾਰ ਸਿੰਘ ਸਰਾਬਾ ਜਿਹੜੇ ਉਹ ਨੌਜਵਾਨ ਉਹਨਾਂ ਦਾ ਨਾਂ ਵਾਰ-ਵਾਰ ਸੁਣਦੇ ਆ ਉਹਨਾਂ ਦਾ ਜ਼ਿਕਰ ਕਰਦੇ ਆ ਟਰਾਲੀਆਂ 'ਚ ਬੈਠੇ ਵੀ ਯਾਰ ਅਸੀਂ ਇਤਿਹਾਸ ਪੜ੍ਹੀਏ ਕੌਣ ਬੰਦੇ ਨੇ ਅੱਜ ਮੈਂ ਉਹ ਕਿਤਾਬਾਂ ਦੀ ਦੁਕਾਨ ਲੰਗਰ ਜਿੱਥੇ ਲੱਗਿਆ ਟੈਂਟ ਮੂਹਰੋਂ ਲੰਘਿਆ ਤੇ ਨੌਜਵਾਨ ਪੀੜ੍ਹੀ ਉੱਥੇ ਮੈਨੂੰ ਲੱਗਦਾ ਵੀ ਇੰਨੀ ਭੀੜ ਸੀ ਉਹ ਜੋਸ਼ ਤਾਂ ਪੰਜਾਬੀਆਂ 'ਚ ਹੈਗਾ ਹੀ ਹੈਗਾ ਹੁਣ ਹੋਸ਼ ਆ ਜਿਹੜਾ ਉਹ ਕਿਤਾਬਾਂ ਪੜ੍ਹ ਕੇ ਆਉਂਦਾ ਇੱਕ ਜ਼ਿੰਦਗੀ ਜਿਉਣ ਦੀ ਸੂਝ-ਬੂਝ ਆ ਜਿਹੜੀ ਇਤਿਹਾਸ ਨੂੰ ਸਮਝ ਕੇ ਅੱਗੇ ਚੱਲਣ ਦੀ ਆਉਂਦੀ ਆ ਸੋ ਪੰਜਾਬੀ ਜਿਹੜੀ ਜਵਾਨੀ ਐ ਕਿਤਾਬਾਂ ਨਾਲ ਜੁੜ ਰਹੀ ਐ ਇੱਕ ਚੰਗਾ ਸੰਕੇਤ ਐ ਸਾਡੇ ਆਉਣ ਲਈ ਪੰਜਾਬ ਲਈ ਆਉਣ ਵਾਲੇ ਸਮੇਂ ਲਈ ਭੂਤ ਲਈ ਸਾਰੀ ਨੌਜਵਾਨੀ ਲਈ ਬਾਕੀ ਨੌਜਵਾਨ ਸਿਆਣੇ ਨੇ ਜਿਵੇਂ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਡਿਸਪਲਿਨ 'ਚ ਰਹਿ ਕੇ ਜਿੰਨੇ ਸਾਡੇ ਬਜ਼ੁਰਗ ਨੇ ਉਹਨਾਂ ਤੋਂ ਸਲਾਹਾਂ ਲੈ ਕੇ ਹਰ ਇੱਕ ਕਦਮ ਹੈ ਜਿਹੜਾ ਕਿਉਂਕਿ ਅਸੀਂ ਇੱਕ ਦੂਜੇ ਸੂਬੇ 'ਚ ਬੈਠੇ ਆ ਸਾਡੀ ਇੱਜ਼ਤ ਦਾ ਵੀ ਇੱਥੇ ਸਵਾਲ ਹੈ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਸਟੋਰੀ ਕੀਤੀ ਲੋਕ ਐਪਰੀਸ਼ੀਏਟ ਕਰ ਰਹੇ ਆ ਉਹ ਸਾਡੇ ਖੂਨ 'ਚ ਹੀ ਆ ਉਹ ਸਾਡੇ ਵਿਰਸੇ 'ਚ ਹੀ ਆ ਇਹਨੂੰ ਇਦਾਂ ਹੀ ਬਰਕਰਾਰ ਰੱਖਣ ਤਾਂ ਜੋ ਆਪਾਂ ਇਥੋਂ ਛਲਾਗਾ ਖਟ ਕੇ ਜਾਈਏ ਠੀਕ ਬਹੁਤ ਬਹੁਤ ਧੰਨਵਾਦ ਤੇ ਇਸ ਖਾਸ ਪੇਸ਼ਕਸ਼ ਤੇ ਤੁਹਾਨੂੰ ਅਗਰ ਡਲੇਵਾਲ ਜੀ ਨਾਲ ਗੱਲ ਕਰਵਾਈ ਜਸ ਬਾਜਵਾ ਜੀ ਨਾਲ ਗੱਲ ਕਰਵਾਈ ਤੇ ਹੁਣ ਅਸੀਂ ਵਰਲਡ ਪੰਜਾਬੀ ਟੀਵੀ ਤੋਂ ਕਹਾਂਗੇ ਕਿ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਸਾਡੇ ਲਈ ਸਾਡੀ ਰੋਟੀ ਲਈ ਉਹਨਾਂ ਨੂੰ ਜ਼ਰੂਰ ਯਾਦ ਕਰੋ ਜਿੱਥੇ ਵੀ ਹੈ ਜਿਵੇਂ ਜਸ ਬਾਜਵਾ ਜੀ ਨੇ ਕਿਹਾ ਡਲੇਵਾਲ ਜੀ ਨੇ ਕਿਹਾ ਜਿਸ ਮਾਧਿਅਮ ਨਾਲ ਰੱਬ ਦਾ ਨਾਮ ਲੋ ਡੋਨੇਸ਼ਨ ਕਰੋ ਲੋਕਾਂ ਨੂੰ ਪੜ੍ਹਾਓ ਬੱਚਿਆਂ ਨੂੰ ਜਿਹੜੇ ਨਹੀਂ ਪੜ੍ਹ ਸਕਦੇ ਕੁਝ ਵੀ ਵਧੀਆ ਕੰਮ ਕਰੋ ਤੇ ਇੱਕ ਅਣ ਸੁਣੀ ਕੱਲ ਜਿਹੜੀ ਪਰਦੇ ਦੇ ਪਿੱਛੇ ਸੀਗੀ ਕਿਸ ਤਰ੍ਹਾਂ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਗਾਇਕਾਂ ਤੇ ਦਬਾਅ ਬਣਾਉਣ ਲੱਗੀ ਨਹੀਂ ਜਿਹੜੇ ਇੱਥੇ ਜ ਤੇ ਇਸ ਤੋਂ ਇਲਾਵਾ ਜਿਹੜਾ ਗੱਲ ਕਰਾਂਗੇ ਆਈਟੀ ਸੈਲ ਨਾਲ ਵੀ ਜੁੜੋ ਜਿਹੜਾ ਲਗਾਤਾਰ ਤੁਹਾਨੂੰ ਇੱਥੇ ਦਿਖਾ ਰਹੇ ਹੈਗੇ ਆਂ ਹਰ ਅਪਡੇਟ ਤੁਹਾਨੂੰ ਆਫੀਸ਼ੀਅਲ ਇੱਥੇ ਮਿਲਣਗੀ ਬਲਜੀਤ ਜੀਨ ਦੇ ਆਈਟੀ ਹੈਡ ਨੇ ਉਹਨਾਂ ਦਾ ਅਸੀਂ ਤੁਹਾਨੂੰ ਬਾਰ ਬਾਰ ਦਿਖਾ ਰਹੇ ਆਂ ਗੱਲ ਕਰ ਰਹੇ ਆਂ ਤੇ ਇਹ ਜ਼ਰੂਰ ਇਹਨਾਂ ਨੂੰ ਫੋਲੋ ਕਰੋ ਹਰ ਮੈਸੇਜ ਤੁਹਾਨੂੰ ਇੱਥੇ ਮਿਲੇਗਾ ਅਫਵਾਹਾਂ ਤੇ ਧਿਆਨ ਨਹੀਂ ਦੇਣਾ ਯੂਥ ਨੂੰ ਵੀ ਇਹੀ ਮੈਸੇਜ ਹੈ ਕਿ ਬਿਲਕੁਲ ਜਿਸ ਤਰ੍ਹਾਂ ਸਾਈਆਂ ਵਰਤਿਆ ਜਿਸ ਤਰ੍ਹਾਂ ਨਾਮ ਬਣਾਇਆ ਹੈ ਦਿੱਲੀ ਚ ਪੰਜਾਬ ਦਾ ਇਸੇ ਤਰ੍ਹਾਂ ਬਣਾਉਂਦੇ ਰਹਿਣ ਤੇ ਹੁਣ ਸਾਨੂੰ ਦੀਓ ਇਜਾਜ਼ਤ ਕੈਮਰਾ ਪਰਸਨ ਰਜੇਸ਼ ਚੋਹਾਨ ਦੇ ਨਾਲ ਅ సింగు బోర్డర్ ఢిల్లీ